ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਦੇ ਇਹੋ ਜਿਹਾ ਦਿਨ ਹੁੰਦਾ ਕਿ ਸਾਡੇ ਸਵਾਲ ਛੋਟੇ ਪੈ ਜਾਂਦੇ ਆ, ਕਿਉਂਕਿ ਜਿਹੜੀ ਚਰਚਾ ਉਹ ਆਪਣੇ ਆਪ ਵਿੱਚ ਇੰਨੀ ਵੱਡੀ ਹੁੰਦੀ ਹੈ। ਅੱਜ ਵੀ ਚਰਚਾ ਇਹੋ ਜਿਹੀ ਹੈਗੀ ਹੈ, ਜਦੋਂ ਸ਼੍ਰੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਚੱਲਿਆ, ਭਾਰਤ ਦੀ ਸਰਹੱਦ ਵਿੱਚ ਦਾਖਲ ਹੋਇਆ, ਦੋਹਾਂ ਮੁਲਕਾਂ ਦੀ ਸੰਗਤ ਨੇ ਸਵਾਗਤ ਕੀਤਾ, ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ, ਇਸ ਦੇ ਨਾਲ ਅਰਦਾਸ ਕੀਤੀ। ਅਰਦਾਸ ਇਹ ਕੀਤੀ ਕਿ ਦੋਹਾਂ ਮੁਲਕਾਂ ਵਿੱਚ ਸ਼ਾਂਤੀ ਸਥਾਪਿਤ ਹੋਵੇ। ਸਰਬ ਸਾਂਝੀ ਵਾਲਤਾ ਦਾ ਸੁਨੇਹਾ ਜਿਹੜਾ ਉਹ ਫਲਸਫਾ ਜਿਹੜਾ ਉਸ ਦਾ ਪਸਾਰ ਆ ਜਿਹੜਾ ਐਡਾ ਵੱਡਾ ਹੋ ਜਾਵੇ ਕਿ ਸਾਡੇ ਦੋਹਾਂ ਮੁਲਕਾਂ ਦੇ ਵਿੱਚ ਕੜੱਤਣ ਖਤਮ ਹੋ ਜਾਵੇ, ਇਹੋ ਜਿਹੀ ਅਰਦਾਸ ਕੀਤੀ ਗਈ ਹੈਗੀ ਹੈ। ਅਤੇ ਜਦੋਂ ਇਹ ਅਰਦਾਸ ਇਹੋ ਜਿਹੀ ਹੋਵੇ ਉਦੋਂ ਸਵਾਲ ਮੁੱਕ ਜਾਂਦੇ ਆ, ਇੱਕੋ ਜਿਹੜਾ ਮਸਲਾ ਸਾਡੇ ਅੱਗੇ ਰਹਿ ਜਾਂਦਾ ਹੈਗਾ ਕਿ ਸਰਹੱਦ ਤੋਂ ਅਰਦਾਸ ਹੋਈ ਹੈ, ਅੱਗੇ ਕੀ ਹੈ ਆਸ। ਚਰਚਾ ਇਸ ਲਈ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ, ਤੁਹਾਨੂੰ ਪੁਆਇੰਟਸ ਦੱਸਦੀ ਹੈ। ਵੈਸੇ ਅੱਜ ਪੁਆਇੰਟ ਕੋਈ ਹੈ ਨਹੀਂ ਗਾ, ਪੁਆਇੰਟਸ ਖਤਮ ਹੋ ਜਾਂਦੇ ਆ ਜਦੋਂ ਇਹੋ ਹੀ ਚਰਚਾ ਕਰਨੀ ਪਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ 'ਤੇ ਕੌਮਾਂਤਰੀ ਨਗਰ ਕੀਰਤਨ ਆਰੰਭ ਹੋ ਚੁੱਕਿਆ। ਸਰਹੱਦ ਪਾਰ ਸ਼੍ਰੀ ਨਨਕਾਣਾ ਸਾਹਿਬ ਤੋਂ ਇਹ ਨਗਰ ਕੀਰਤਨ ਸਜਾਇਆ ਗਿਆ। ਸ਼ਰਧਾ ਭਾਵ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਭਾਰਤ ਪਹੁੰਚਿਆ ਨਗਰ ਕੀਰਤਨ, ਅਤੇ ਵਾਹਗਾ ਅਟਾਰੀ ਸਰਹੱਦ ਜ਼ਰੀਏ ਪੁੱਜੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਇਆ। ਵਾਹਗਾ ਪਾਕਿਸਤਾਨ ਵਾਲੇ ਪਾਸਿਓਂ ਆਖਰੀ ਪਿੰਡ ਹੈਗਾ ਅਤੇ ਅਟਾਰੀ ਸਾਡੇ ਵਾਲੇ ਪਾਸਿਓਂ ਆਖਰੀ ਪਿੰਡ ਹੈਗਾ, ਇਸ ਕਰਕੇ ਵਾਹਗਾ ਤੋਂ ਆਇਆ ਅਤੇ ਵਾਹਗਾ ਅਟਾਰੀ ਸਰਹੱਦ ਬਣ ਜਾਂਦਾ ਹੈਗਾ। ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ, ਫੁੱਲ ਇੰਨੇ ਕੁ ਵਰਾਏ ਗਏ ਅਤੇ ਉੱਥੇ ਕੁਦਰਤ ਵੀ ਅੱਜ ਖੁਸ਼ ਨਜ਼ਰ ਆਏ ਸੀ। ਨਗਰ ਕੀਰਤਨ ਤੋਂ ਪਹਿਲਾਂ ਮੀਂਹ ਪੈਂਦਾ ਨਜ਼ਰ ਆਉਂਦਾ ਸੀਗਾ, ਸੜਕਾਂ ਸਾਫ਼ ਹੁੰਦੀਆਂ ਜਾਂਦੀਆਂ ਸੀਗੀਆਂ, ਅਤੇ ਰੈੱਡ ਕਾਰਪੇਟ ਜਿਹੜਾ ਉਹ ਆਪਦੇ ਆਪ ਵਿੱਚ ਦੱਸਦਾ ਪਿਆ ਸੀਗਾ ਕਿ ਨਗਰ ਕੀਰਤਨ ਨਿਕਲ ਰਿਹਾ ਹੈਗਾ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਨਗਰ ਕੀਰਤਨ ਮੌਕੇ ਦੋਹਾਂ ਮੁਲਕਾਂ 'ਚੋਂ ਸਮਾਜ ਦੇ ਹਰ ਵਰਗ ਨੇ ਹਾਜ਼ਰੀ ਭਰੀ। ਕਿਸੇ ਦਾ ਨਾਮ ਲੈਣਾ ਜ਼ਰੂਰੀ ਨਹੀਂ ਹੈਗਾ, ਜਦੋਂ ਨਾਨਕ ਨਾਮ ਲੇਵਾ ਸੰਗਤ ਉੱਥੇ ਹਾਜ਼ਰ ਹੋਵੇ ਫਿਰ ਕਿਸੇ ਦਾ ਨਾਮ ਹੈ ਜਿਹੜਾ ਉਹ ਲਿਆ ਨਹੀਂ ਜਾ ਸਕਦਾ ਹੈਗਾ। ਦੋਨਾਂ ਮੁਲਕਾਂ ਦੀ ਸੰਗਤ ਨੇ ਭਾਰਤ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ। ਧੰਨਵਾਦ ਇਸ ਲਈ ਕੀਤਾ ਹੈਗਾ ਕਿ ਅੱਜ ਗੇਟ ਹੈ ਜਿਹੜੇ ਉਹ ਖੁੱਲ੍ਹੇ ਨਜ਼ਰ ਆ ਰਹੇ ਸੀਗੇ, ਅਤੇ ਉਮੀਦ ਕੀਤੀ ਜਾ ਰਹੀ ਕਿ ਗੇਟ ਸਦਾ ਲਈ ਖੁੱਲ੍ਹੇ ਨਜ਼ਰ ਹੋਣ। ਤਸਵੀਰਾਂ 3 ਤੁਹਾਨੂੰ ਦਿਖਾਉਂਦੇ ਹਾਂ, ਤਸਵੀਰਾਂ ਤਾਂ ਵੈਸੇ ਬਹੁਤ ਆ ਉੱਥੇ, ਤਸਵੀਰਾਂ 3 ਤੁਹਾਨੂੰ ਦਿਖਾ ਰਹੇ ਹਾਂ। ਲਾਹੌਰ ਤੋਂ ਰਵਾਨਗੀ ਹੋਈ ਹੈ, ਲਾਹੌਰ ਤੋਂ ਅੰਮ੍ਰਿਤਸਰ ਤੱਕ ਸਾਂਝੀ ਵਾਲਤਾ ਸੁਨੇਹਾ ਦਿੱਤਾ ਗਿਆ, ਲਾਹੌਰ ਤੋਂ ਰਵਾਨਗੀ ਦੀ ਇਹ ਤਸਵੀਰਾਂ ਹੈਗੀਆਂ, ਅਤੇ ਲਾਹੌਰ ਦੇ ਵਿੱਚ ਲੋਕਾਂ ਨੇ ਘਰਾਂ ਦੀਆਂ ਛੱਤਾਂ 'ਤੇ ਖੜ੍ਹੇ ਹੋ ਕੇ ਸਵਾਗਤ ਕੀਤਾ ਹੈਗਾ। ਉੱਥੇ ਜਿਹੜੀ ਸੰਗਤ ਇੱਧਰੋਂ ਵੀ ਗਈ ਹੋਈ ਸੀ ਅਤੇ ਉੱਧਰੋਂ ਵੀ ਜਿਹੜੀ ਸੰਗਤ ਸ਼ਾਮਿਲ ਸੀ ਇਸ ਨਗਰ ਕੀਰਤਨ ਦੇ ਵਿੱਚ ਉਹ ਭਾਵਕ ਵੀ ਹੋਏ ਨਜ਼ਰ ਆਏ ਉੱਥੇ। ਇਹ ਦੂਜੀ ਤਸਵੀਰ ਹੈ, ਸਰਹੱਦ 'ਤੇ ਸਵਾਗਤ ਹੋਇਆ। ਸਵਾਗਤ ਜਦੋਂ ਹੋਇਆ, ਜਿਹੜੀ ਚੈਕਿੰਗ ਹੋਣੀ ਸੀ, ਜਿਹੜੀ ਪ੍ਰਕਿਰਿਆ ਉੱਥੇ ਨਿਭਾਈ ਜਾਣੀ ਸੀਗੀ, ਉਹ ਨਿਭਾਈ ਗਈ। ਗੇਟ ਖੁੱਲ੍ਹੇ ਨਜ਼ਰ ਆਏ। ਜਦੋਂ ਗੇਟ ਖੁੱਲ੍ਹੇ ਨਜ਼ਰ ਆਏ ਤਾਂ ਮਨ ਵਿੱਚ ਇੱਦਾਂ ਲੱਗਾ ਕਿ ਇਹ ਗੇਟ ਪੱਕੇ ਤੌਰ 'ਤੇ ਖੁੱਲ੍ਹੇ ਰਹਿਣਗੇ, ਪਤਾ ਨਹੀਂ ਕਦੋਂ ਤੱਕ ਖੁੱਲ੍ਹੇ ਰਹਿਣਗੇ, ਪਤਾ ਨਹੀਂ ਸਦਾ ਲਈ ਖੁੱਲ੍ਹਣਗੇ ਕਿ ਨਹੀਂ ਖੁੱਲ੍ਹਣਗੇ, ਪਰ ਇੱਕ ਉਮੀਦ ਜਾਗੀ ਕਿ ਗੇਟ ਸਦਾ ਲਈ ਖੁੱਲ੍ਹ ਜਾਣਗੇ। ਜਿਹੜੀ ਕਾਗਜ਼ ਪੱਤਰੀ ਸਾਡੀ ਸਿਆਸਤ ਹੁੰਦੀ ਹੈ ਉਹ ਸਿਆਸਤ ਤੋਂ ਸਾਨੂੰ ਮੁਕਤੀ ਮਿਲੇਗੀ। ਇਹੋ ਜਿਹੀਆਂ ਅਰਦਾਸਾਂ ਵੀ ਉੱਥੇ ਕੀਤੀਆਂ ਗਈਆਂ, ਭਾਵਕ ਮਨ ਵੀ ਦੇਖੇ ਗਏ, ਜਿਹੜੀਆਂ ਅੱਖਾਂ ਜਿਹੜੀਆਂ ਨਮ ਵੀ ਦੇਖੀਆਂ ਗਈਆਂ, ਕਿਉਂਕਿ ਉਹ ਇਸ ਤਰੀਕੇ ਨਾਲ ਇਸ ਇਤਿਹਾਸਿਕ ਪਲ ਨੂੰ ਮੰਨਦੇ ਹੋਏ ਨਜ਼ਰ ਆਈ ਹੈ ਸੰਗਤ ਜਿਹੜੀ, ਉਹ ਆਪਦੇ ਆਪ ਵਿੱਚ ਸਭ ਕੁਝ ਭੁੱਲ ਗਈ ਕਿ ਇਦੂ ਪਹਿਲਾਂ ਹੋਇਆ ਕੀ ਸੀਗਾ ਅਤੇ ਇਦੂ ਅੱਗੇ ਹੋਣਾ ਕੀ ਹੈ, ਪਤਾ ਨਹੀਂ ਹੈ ਕੀ ਹੋਣਾ। ਸ਼੍ਰੀ ਦਰਬਾਰ ਸਾਹਿਬ ਵਿੱਚ ਪਹਿਲਾ ਪੜਾਅ ਇਸ ਨਗਰ ਕੀਰਤਨ ਦਾ, ਇਸ ਪੜਾਅ ਤੋਂ ਬਾਅਦ ਇਹ ਨਗਰ ਕੀਰਤਨ ਅੱਗੇ ਵੱਧਦਾ ਜਾਵੇਗਾ, ਸਾਰੇ ਪੜਾਅ ਜਿਹੜੇ ਉਹ ਤਰਤੀਬਵਾਰ ਚੱਲਣਗੇ ਅਤੇ ਨਵੰਬਰ ਤੱਕ ਇਹ ਸਾਰਾ ਜਿਹੜਾ ਸਮਾਪਤੀ ਦਾ ਦੌਰ ਹੈ ਜਿਹੜਾ ਉਹ ਚੱਲੇਗਾ, ਅਤੇ ਉਹ ਸਭ ਦੇ ਵਿਚਾਲੇ ਬਹੁਤ ਸਾਰੇ ਸਵਾਲ ਹੋਣਗੇ। ਅੱਜ ਅਸੀਂ ਵੀ ਸਵਾਲ ਪੁੱਛਣਾ ਹੈਗਾ, ਇੱਕ ਹੀ ਸਵਾਲ ਪੁੱਛਾਂਗੇ, ਬਹੁਤ ਸਧਾਰਨ ਸਵਾਲ ਹੈ ਕਿ ਕੌਮਾਂਤਰੀ ਨਗਰ ਕੀਰਤਨ ਰਾਹੀਂ ਦੋਹਾਂ ਮੁਲਕਾਂ ਦੀ ਸਿਆਸਤ ਸਾਂਝੀ ਵਾਲਤਾ ਦਾ ਫਲਸਫਾ ਸਮਝੇਗੀ, ਇਸੇ ਸਵਾਲ 'ਤੇ ਚਰਚਾ ਕਰਨਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ, ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਨੇ, ਡਾ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਰਜਿੰਦਰ ਸਿੰਘ ਖਾਲਸਾ, ਸ਼੍ਰੋਮਣੀ ਖਾਲਸਾ ਪੰਚਾਇਤ ਦੀ ਨੁਮਾਇੰਦਗੀ ਕਰਦੇ ਹਾਂ, ਖਾਲਸਾ ਜੀ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪ੍ਰੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਤੁਹਾਨੂੰ ਕਰਨਾ ਚਾਹੁੰਦਾ ਮੈਂ, ਇਹਨਾਂ ਸਰਹੱਦਾਂ ਦੇ ਵਿਚਾਲੇ ਸਿਆਸਤ ਬਹੁਤ ਹੋਈ ਆ, ਮੈਨੂੰ ਤਾਂ ਇਸ ਸਿਆਸਤ ਦੇ ਵਿਚਾਲੇ ਜਿਹੜੀ ਇਹ ਸ਼ਰਧਾ ਭਾਵ ਦਾ ਫਲਸਫਾ ਹੈਗਾ, ਜਿਹੜਾ ਸ਼ਰਧਾ ਭਾਵ ਦਾ ਕਾਰਵਾ ਹੈਗਾ, ਮਤਲਬ ਸ਼ਾਇਦ ਕੁਝ ਕੜਤਨ ਤਾਂ ਦੂਰ ਕਰੂਗਾ। ਦੇਖੋ, ਡੇ 1 ਤੋਂ ਜਿਸ ਦਿਨ ਨਵਜੋਤ ਸਿੰਘ ਸਿੱਧੂ ਉੱਧਰ ਗਏ ਉਦੋਂ ਤੋਂ ਲੈ ਕੇ ਅਸੀਂ ਕਿੰਨੇ ਪ੍ਰੋਗਰਾਮ ਇਹਦੇ 'ਤੇ ਕਰ ਚੁੱਕੇ ਹਾਂ, ਔਰ ਇਹ ਬੜੀ ਖੁਸ਼ੀ ਦੀ ਗੱਲ ਆ ਅੱਜ ਉਹ ਇਸ ਗੇਟਾਂ ਨੂੰ ਖੋਲ੍ਹਣ ਵਿੱਚ ਦੋਵੇਂ ਦੇਸ਼ਾਂ ਦੀ ਜਨਤਾ ਅਤੇ ਮੈਂ ਸਰਕਾਰਾਂ ਨੂੰ ਵੀ ਇਸ ਗੱਲ ਦਾ ਧੰਨਵਾਦ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਬਿਲਕੁਲ ਬਿਲਕੁਲ ਕਰ ਰਹੇ ਹਾਂ ਕਿ ਉਹਨਾਂ ਨੇ ਉਸੇ ਹੀ ਸਪਿਰਿਟ ਵਿੱਚ 550ਵਾਂ ਪ੍ਰਕਾਸ਼ ਉਤਸਵ ਗੁਰੂ ਨਾਨਕ ਦੇਵ ਜੀ ਦਾ ਲਿਆ, ਜਿਵੇਂ ਉਹ ਸਮੁੱਚੀ ਮਨੁੱਖਤਾ ਲਈ ਹੋਣਾ ਚਾਹੀਦਾ ਸੀ। ਹੱਦਾਂ ਬੰਨੇ ਛੱਡ ਕੇ, ਪੁਰਾਣਾ ਸਾਰਾ ਕੁਝ ਮੇਰ ਤੇਰ ਛੱਡ ਕੇ, ਪੁਰਾਣੀਆਂ ਜਿਹੜੀਆਂ ਖੱਟੇ ਜਿਹੜੇ ਕਿਸਮ ਦੇ ਆਪਣੇ
विचार कह लो जां रिश्ते सीगे उस किस्म दे उन्हां नूं भी एक पासे रख के भावें उह जम्मू कश्मीर च ठूठा भी हुंदी उन्हूं भी एक पासे रख के इस एक वड्डे परपकारी काम लई जिहड़ी वड्डे सुनेहे लई वड्डे फलसफे लई गुरु नानक देव जी की सोच लई जिहड़े उह समुची मनुखता लई पूरा जीवन उन्होंने लाया उहदे लई एक बहुत वड्डा एक मेरा ख्याल इतिहासिक कदम आ साडे घट्टो घट इंडो पाक रिलेशन दे विच इन्हां नूं एक सिर्फ गेट खुले ना समझो इन्हां नाल साडे दिल खुले आ साडे एक दूजे प्रति मन खुले आ जिहड़े हुण बंद नहीं होणगे कारण इह है कि लगातार पश्चाताप इधर भी पंजाबी कर रहे सी उधर दे पंजाबी भी कर रहे सी असीं एड्डा वड्डा संताली दे विच की साढ़े सिर ते पागलपन सवार हो गया से असी इहो जिहियां गलतियां किवें भरा मार किवें कीती इह उहनां दे मन च सी अज दे इस शुभ दिहाड़े ते इतिहासिक दिहाड़े दे उत्ते लोकां दे जिहड़ियां अखां नम हुंदियां उह पश्चाताप चों भी आ और उस पुराणियां यादां चों भी आ मैं ते जा के देखिया किवें जदों साढ़े इत्थे शरधालू जांदे आ उत्थों दे लोक उन्हां दीआं जुत्तियां दी मिट्टी नूं भी मस्तक दे नाल लाउंदे आ उस प्यार नूं याद करके जिहड़ा 47 तों पहलां दा सी इस धरती वल उस नूं नमन हुंदे आ इस करके मेरा मैनूं इह इकल्ला सिर्फ गुरु नानक देव जी तक ना देखो वो जिहड़ा गुरु नानक देव जी ने सांझा इस रिजन दा इतिहास सदाचार इतिहास सभ्याचार बोली इह सारे जिहड़े विखरेवे पै गए सी तार कंडियां वाली नूं इह मेल्ट कर दूगा इह बिल्कुल उस नूं वीक कर दूगा कमजोर करूगा और साडी दोस्ती ते शांति दी जिहड़ी इहो जी इक दूजे दे नाल जकड़ बणूगी इक दूजे दे नाल पकड़ बणूगी कि इह प्रबल हुंदी जाऊगी। चलो विक्रम जी सिंह मैं इसे पैनल दे विच बैठ के तुहाडे तों बहुत तिखे तिखे सवाल कीते हैगे अज मेरे सवाल खत्म है मैं तो सिर्फ एको सवाल करना चाहना लेंदे पंजाब ते चढ़दे पंजाब दी खुशियां ये सियासत ने देखियां कि नहीं देखियां। आई थिंक ये जड़ा नगर कीर्तन आया है वाघा नु क्रॉस कीता है बड़ी खुशी दे माहौल विच कोई नेगेटिव इंसीडेंट नहीं होया और सब तो इंपॉर्टेंट पॉइंट मैं ये नोट कर रहा है कि जिहड़े खालिस्तानी टेररिस्ट एलीमेंट नैगेटिव एलीमेंट्स लाइक गोपाल चावला पनवान 2020 वाला जिहड़ा सीगा उन्होंने पाकिस्तान गवर्नमेंट ने साइडलाइन किया फ्रॉम दिस इंटायर नगर कीर्तन नहीं तो की होंदा सीगा होंदा यह सीगा कि ये गोपाल चावला और कंपनी आंदे सी ये नारे लांदे सी यू नो एंटी इंडिया प्रोपागेंडा करदे सी उहदे नाल ये होंदा सीगा कि इंडिया विच जिहड़ियां फोर्सेस ने विच आर एंटी सच इनिशिएटिव लाइक करतारपुर और नगर कीर्तन क्रॉसिंग उन्होंने एक बड़ा चंगा हैंडल मिल जाता सीगा टू अपोज दीज इनिशिएटिव्स। सो ये अगर पाकिस्तान गवर्नमेंट एज अपना रवैया रखे और साड़ी सब तो वड्डी रिस्पोंसिबिलिटी सिख कौम दी है कि असी एज एलीमेंट्स नूं रिजेक्ट करिए दीज खालिस्तानी पीपल जिन्होंने ये वायलेंस की गल करते हैं एक्सट्रीमिज़म की गल करते हैं असी उन्होंने डिस्टेंस करिए अपने आप नूं आप तो क्योंकि वो नैगेटिव एलीमेंट्स आके सैबोटाज कर देंगे ने सारे प्रोजेक्ट्स और इनिशिएटिव्स नूं और ये जरा हुण इट विल बिल्ड अप नाउ टू द करतारपुर कोरीडोर जिहड़ा हुण नवंबर विच खोलण दी तैयारियां कर रहे हैं तो जिहड़े करतारपुर साहब के जिहड़े हैड ग्रंथी गोबिंद सिंह ने उन्होंने स्टेटमेंट भी आई है कि असी 9 नवंबर नूं प्राइम मिनिस्टर ऑफ पाकिस्तान उन्हें इनॉगरेट करने की तैयारी कर रहे हैं उन्होंने स्टेटमेंट आ गई है। सो आई थिंक अगर ए जा रवैया रहे कि पाकिस्तान गवर्नमेंट ए जे नैगेटिव एलीमेंट्स नूं कंट्रोल करके रखे तो ये जिहड़ा इनिशिएटिव बन रहा है ये पाकिस्तान इंडिया में जिहड़ा ट्रस्ट डेफिसिट हैगा वेरी सेंट्रल टू इंडिया पाक रिलेशन्स ट्रबल रिलेशन्स जिहड़ा ट्रस्ट डेफिसिट है वो एज इनिशिएटिव शो कर रहे हैं कि दैट ट्रस्ट डेफिसिट कैन बी ब्रिज्ड क्योंकि दोनों सरकारां एक पेज ते आईयां ने दोनों सरकारां काम कर रही ने कि इनू आपां करिए ओनली थिंग वी हैव टू बी केयरफुल एंड बी फॉरएवर विजिलेंट कि दोनों साइड्स ऑफ द बॉर्डर विच ऐसे बंदे बैठे ने जो इनू चाहते नहीं है दिलों और उन्होंने मौका मिलिया ये फिर सैबोटाज कर सकते हैं। सो कीपिंग दीज यू नो प्रिकॉशंस इन माइंड केयरफुल रहना पड़ेगा। आई थिंक दिस इज़ अ ग्रेट इनिशिएटिव एंड वाई नॉट द सिख कम्यूनिटी जी सिख कम्यूनिटी की एक फेयरनेस हैगी एक जस्टिस की जी वैल्यूज़ ने देखो गुरु साहब ने ही फॉट अगेंस्ट मुगल इनवेडर्स ठीक है उन्होंने अप्रेशन दे फाइट किया अज कश्मीरी मुस्लिम बच्चे जड़े आफ्टर पुलवामा एंड ऑल उन्होंने कुछ स्टेट्स बड़ी बुरी तरह कुटिया बट पंजाब विच सर यू नो द गवर्नमेंट ऑफ पंजाब द पीपल ऑफ पंजाब
ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ, ਉਹਨੂੰ ਸੇਵ ਕੀਤਾ, ਕਿਉਂਕਿ ਉਹ ਗਲਤ ਕੰਮ ਸੀਗਾ। ਸੋ ਵਾਈ ਨੋਟ ਦ ਸਿੱਖ ਕਮਿਊਨਿਟੀ ਸ਼ੋਜ਼ ਦ ਵੇ ਫੋਰ ਪੀਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਇਹ ਬਹੁਤ ਇੰਪੋਰਟੈਂਟ ਗੱਲ ਹੈ, ਬਹੁਤ ਇੰਪੋਰਟੈਂਟ ਗੱਲ ਹੈ ਕਿ ਇਹ ਕਮਿਊਨਿਟੀ ਹੈ ਜਿਹੜੀ ਉਹ ਸਾਂਝੀਵਾਲਤਾ ਦਾ ਸੁਨੇਹਾ ਜਿਹੜਾ ਉਹ ਸਿਆਸਤ ਨੂੰ ਵੀ ਦੱਸ ਸਕਦੀ ਹੈ ਕਿ ਉਹ ਰਾਹ ਦੱਸ ਸਕਦੀ ਹੈਗੀ ਆ, ਇੱਕ ਸ਼ਾਂਤੀ ਦਾ ਸੁਨੇਹਾ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਕੜੱਤਨ ਖਤਮ ਕਰਨ ਵੱਲ ਅੱਗੇ ਵੱਧ ਸਕਦੀ ਹੈਗੀ ਆ। ਅਤੇ ਸਰਹੱਦ ਤੋਂ ਅਰਦਾਸ ਹੋਈ ਆ, ਅੱਗੇ ਕੀ ਆਸ ਹੈ ਅਸੀਂ ਤਾਂ ਇੱਕੋ ਸਵਾਲ ਪੁੱਛਾਂਗੇ ਬ੍ਰੇਕ ਤੋਂ ਵਾਪਸ ਆ ਕੇ। ਇੱਕ ਲਾਂਘਾ ਖੁੱਲ੍ਹ ਗਿਆ, ਕਈ ਹੋਰ ਖੁੱਲ੍ਹੇ ਆ, ਬ੍ਰੇਕ ਤੋਂ ਵਾਪਸ ਆ ਰਹੇ। ਸਵਾਲ ਅਸੀਂ ਇਹੀ ਪੁੱਛ ਰਹੇ ਹਾਂ ਇਸ ਚਰਚਾ ਦੇ ਵਿੱਚ ਕਿ ਕੌਮਾਂਤਰੀ ਨਗਰ ਕੀਰਤਨ ਜ਼ਰੀਏ ਦੋਹਾਂ ਮੁਲਕਾਂ ਦੀ ਸਿਆਸਤ ਸਾਂਝੀਵਾਦ ਦਾ ਫਲਸਫਾ ਸਮਝੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ, ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ, ਰਜਿੰਦਰ ਖਾਲਸਾ ਜੀ। ਇਸ ਧੰਨਵਾਦ ਦੇ ਨਾਲ ਮੈਂ ਇੱਕ ਸਵਾਲ ਛੱਡ ਕੇ ਗਿਆ ਸੀਗਾ, ਇੱਕ ਲਾਂਘਾ ਖੁੱਲ੍ਹ ਗਿਆ ਕਿ ਕੋਈ ਹੋਰ ਲਾਂਘੇ ਖੁੱਲ੍ਹਣੇ ਆ, ਤੁਹਾਡੀ ਨਜ਼ਰ ਦੇ ਵਿੱਚ ਕਿਹੜੇ ਕਿਹੜੇ ਲਾਂਘੇ ਆ ਜਿਹੜੇ ਹੋਰ ਖੁੱਲ੍ਹ ਸਕਦੇ ਆ? ਮੈਂ ਦੋਨਾਂ ਦੇਸ਼ਾਂ ਦੇ ਨਾਲ ਲੱਗਦੀਆਂ ਸਰਹੱਦਾਂ 'ਤੇ ਵਾਧੇ ਕਾਰੋਬਾਰ ਦੀ ਵੀ ਗੱਲ ਕਰ ਰਿਹਾ, ਮੈਂ ਕਰਤਾਰਪੁਰ ਲਾਂਘੇ ਦਾ ਵੀ ਜ਼ਿਕਰ ਕਰ ਰਿਹਾ, ਮੈਂ ਉਸ ਕੁੜੱਤਨ ਨੂੰ ਖਤਮ ਕਰਨ ਦਾ ਵੀ ਜ਼ਿਕਰ ਕਰ ਰਿਹਾ, ਮੈਂ ਸਾਰੇ ਲਾਂਘਿਆਂ ਦੀ ਗੱਲ ਕਰ ਰਿਹਾ। ਖਾਲਸਾ ਜੀ, ਦੇਖੋ ਚੀਜ਼ ਇਹ ਹੈ, ਜਿੱਥੋਂ ਤੱਕ ਤਾਂ ਇਸ ਨਗਰ ਕੀਰਤਨ ਦਾ ਕੌਮਾਂਤਰੀ ਬਣਨਾ, ਪਾਕਿਸਤਾਨ 'ਚੋਂ ਚੱਲ ਕੇ ਹਿੰਦੁਸਤਾਨ 'ਚ ਆਉਣਾ, ਇੱਕ ਬੜੀ ਵੱਡੀ ਪ੍ਰਾਪਤੀ ਹੈ, ਮੈਂ ਇਹਨੂੰ ਜੀ ਆਇਆਂ ਕਹਿੰਦਾ। ਇਸ ਗੱਲ ਦੇ ਵਾਸਤੇ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਦਾ ਮੈਂ ਧੰਨਵਾਦ ਵੀ ਕਰਨਾ ਔਰ ਇਹਨੂੰ ਇੱਕ ਬੜਾ ਚੰਗਾ ਕਦਮ ਕਹਿੰਦਾ। ਲੇਕਿਨ ਜਿਸ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਹੁਣੇ ਗੱਲ ਕੀਤੀ ਸੀ ਨਾ, ਸਰਹੱਦਾਂ ਦੇ ਦਰਵਾਜ਼ੇ ਖੁੱਲ੍ਹ ਵੀ ਸਕਦੇ ਨੇ, ਬੰਦ ਵੀ ਹੋ ਸਕਦੇ ਨੇ, ਲੇਕਿਨ ਜੇ ਇਹਨਾਂ ਨੂੰ ਪੱਕੇ ਤੌਰ 'ਤੇ ਖੋਲ੍ਹ ਕੇ ਰੱਖਣਾ ਤਾਂ ਦਰਵਾਜ਼ੇ ਮਨਾਂ ਦੇ ਖੋਲ੍ਹਣੇ ਪੈਣਗੇ। ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਦੀਆਂ ਸਾਰੀਆਂ ਸਰਹੱਦਾਂ ਜਿਹੜੀਆਂ ਨੇ ਨਾ, ਦੇਸ਼ਾਂ ਦੀਆਂ ਸਰਹੱਦਾਂ, ਉਹਨਾਂ ਨੂੰ ਪਾਰ ਕਰ ਦਿੱਤਾ ਸੀ। ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹਾਂ ਜਿਨ੍ਹਾਂ ਨੇ ਸਾਰੀ ਸੰਸਾਰ ਦੇ ਵਾਸਤੇ ਗੱਲ ਕਹੀ, ਸਭੈ ਸਾਂਝੀਵਾਲ ਸਦਾਇਣ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਸਾਰੀ ਸੰਸਾਰ ਜਿਹੜਾ ਉਹ ਇੱਕ ਹੈ, ਤੂੰ ਕਿਸੇ ਦੇ ਵਾਸਤੇ ਪਰਮਾਤਮਾ ਤੂੰ ਅਲੱਗ ਨਹੀਂ ਅਤੇ ਉਹ ਤੇਰੇ ਵਾਸਤੇ ਅਲੱਗ ਨਹੀਂ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਇੱਕ ਬੜੇ ਵੱਡੇ ਹਿੱਸੇ ਦਾ, ਸਿਰਫ ਭਾਰਤ ਦੇਸ਼ ਦਾ ਨਹੀਂ, ਸੰਸਾਰ ਦੇ ਬੜੇ ਵੱਡੇ ਹਿੱਸੇ ਦਾ ਚੱਕਰ ਲਾਇਆ। ਔਰ ਜਿਸ ਵੇਲੇ ਮੈਂ ਤਾਂ ਹੈਰਾਨ ਹੁੰਦਾ, ਭਾਵੇਂ ਉਹ ਸ਼ਬਦ ਆਰਤੀ ਨਾਲ ਸੰਬੰਧਿਤ ਹੈ, ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਗੁਰੂ ਨਾਨਕ ਪਾਤਸ਼ਾਹ ਸਾਰੇ ਸੰਸਾਰ ਨੂੰ ਕਲੇ ਵਿੱਚ ਲੈ ਲੈਂਦੇ ਨੇ, ਸਾਰੇ ਵਿਸ਼ਵ ਨੂੰ ਕਲੇ ਵਿੱਚ ਲੈ ਲੈਂਦੇ ਨੇ। ਜੇ ਸੰਸਾਰ ਦੇ ਵਿੱਚ ਸ਼ਾਂਤੀ ਆਉਣੀ ਹੈ, ਜੇ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਪਿਆਰ ਵਧਣਾ, ਤਾਂ ਗੁਰੂ ਨਾਨਕ ਪਾਤਸ਼ਾਹ ਦੀ ਉਸ ਆਈਡੀਓਲੋਜੀ ਦੇ ਨਾਲ, ਉਹਨਾਂ ਸਿਧਾਂਤਾਂ ਦੇ ਨਾਲ ਵਧਣਾ, ਉਹਨਾਂ ਸਿਧਾਂਤਾਂ ਨੂੰ ਖਿਮਾ ਕਰਨਾ। ਮੈਂ ਇਹ ਕਿਉਂਕਿ ਕੌਮਾਂਤਰੀ ਪੱਧਰ ਦੇ ਉੱਤੇ ਨਗਰ ਕੀਰਤਨ ਨਿਕਲ ਰਿਹਾ, ਦੋਨਾਂ ਦੇਸ਼ਾਂ ਦੇ ਵਿੱਚ ਨਿਕਲ ਰਿਹਾ, ਅੱਜ ਸਰਹੱਦਾਂ ਦੇ ਦਰਵਾਜ਼ੇ ਖੁੱਲ੍ਹੇ ਨੇ, ਇਸ ਕਰਕੇ ਇਹਨੂੰ ਜੀ ਆਇਆਂ ਕਹਿੰਦਾ। ਲੇਕਿਨ ਮੈਂ ਨਾ ਨਗਰ ਕੀਰਤਨਾਂ ਦੇ ਬਹੁਤੇ ਹੱਕ 'ਚ ਨਹੀਂ, ਜੇ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਨਹੀਂ ਸਪਰੈਡ ਕੀਤੀ ਜਾ ਰਹੀ, ਵਿਚਾਰਧਾਰਾ ਨਹੀਂ ਸਪਰੈਡ ਕੀਤੀ ਜਾ ਰਹੀ। ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦਾ ਸਹੀ ਤਰੀਕਾ ਇਹ ਸੀ ਕਿ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਸਿਧਾਂਤਾਂ ਨੂੰ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰਾ ਕੇ ਦੂਜੇ ਮੁਲਕਾਂ ਤੱਕ ਪਹੁੰਚਾਇਆ ਜਾਂਦਾ, ਵੱਡੇ ਵੱਡੇ ਸੈਮੀਨਾਰ ਕੀਤੇ ਜਾਂਦੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਅਮੋਲਕ ਆਦਰਸ਼ ਜਿਹੜੇ ਨੇ ਉਹਨਾਂ ਨੂੰ ਮਨੁੱਖਤਾ ਨੂੰ ਦ੍ਰਿੜ ਕਰਾਇਆ ਜਾਂਦਾ। ਮੈਂ ਤੁਹਾਡੇ ਭਾਵ ਸਮਝਦਾ ਹੈਗਾ, ਉਹਨਾਂ ਦੀ ਰਿਸਪੈਕਟ ਵੀ ਕਰਦੇ ਹਾਂ ਅਸੀਂ ਸਾਰੇ ਪੈਨਲ ਦੇ ਵੀ ਰਿਸਪੈਕਟ। ਨਹੀਂ, ਮੈਂ ਇੱਕ ਗੱਲ ਥੋੜ੍ਹੀ ਜਿਹੀ ਇੱਥੇ ਕਹਿਣੀ ਹੈ ਜੀ। ਹਾਂਜੀ, ਮੈਂ ਕਰਨਾ ਹੁਣੇ ਮੇਰੇ ਵੀਰ ਵਿਕਰਮਜੀਤ ਜੀ ਨੇ ਇੱਕ ਗੱਲ ਕੀਤੀ ਕਿ ਇੱਕ ਗੱਲ ਚੰਗੀ ਹੋਈ ਕਿ ਉਹਨਾਂ ਨੂੰ ਪਰੇ ਰੱਖਿਆ ਗਿਆ। ਮੈਂ ਨਾ ਤਾਂ ਕਿਸੇ ਖਾਲਿਸਤਾਨੀ ਦਾ ਸਪੋਰਟਰ ਹਾਂ, ਨਾ ਮੈਂ ਉਹਨੂੰ ਨਿੱਜੀ ਤੌਰ 'ਤੇ ਜਾਣਨਾ, ਨਾ ਮੈਂ ਵੈਸੇ ਜਾਣਨਾ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ ਅਖਬਾਰਾਂ 'ਚ ਜਿੰਨਾ ਕੁ ਪੜ੍ਹੀਦਾ ਉਨਾ ਕੀ ਹੈ। ਲੇਕਿਨ ਜੇ ਅਸੀਂ ਇੱਕ ਸਥਾਈ ਸ਼ਾਂਤੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਦੋਨਾਂ ਦੇਸ਼ਾਂ ਦੇ ਸੰਬੰਧ ਬੜੇ ਚੰਗੇ ਬਣਨ, ਅਤੇ ਉਹੋ ਜਿਹੀ ਪੋਲਿਸੀ ਨਾ ਅਡੋਪਟ ਕਰੀਏ ਕਿ ਕਸ਼ਮੀਰ ਦੇ ਵਿੱਚੋਂ ਕਸ਼ਮੀਰੀਆਂ ਨੂੰ ਮਾਈਨਸ ਕਰਕੇ ਸ਼ਾਂਤੀ ਲਿਆਈਏ, ਉਹ ਪੋਲਿਸੀ ਵੀ ਨਾ ਅਡੋਪਟ ਕਰੀਏ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਮਾਈਨਸ ਕਰਕੇ ਸ਼ਾਂਤੀ ਲਿਆਈਏ। ਸਾਨੂੰ ਸ਼ਾਂਤੀ ਲਿਆਉਣੀ ਹੈ ਅਤੇ ਸਾਰਿਆਂ ਨੂੰ ਇਨਕਲਾਬ ਵਿੱਚ ਲੈਣਾ ਪਏਗਾ, ਸਾਨੂੰ ਉਹਨਾਂ ਕਾਰਨਾਂ ਨੂੰ ਜਾਣਨਾ ਪਏਗਾ ਵੀ ਕਿਉਂ ਕਿੰਨਾ ਕਾਰਨਾਂ ਕਰਕੇ ਉਹ ਸਾਡੇ ਕੋਲੋਂ ਦੂਰ ਹੋ ਰਹੇ ਨੇ, ਕਿਉਂ ਸਾਡੇ ਭਾਈਚਾਰੇ 'ਚੋਂ ਟੁੱਟ ਕੇ ਉਹਨਾਂ ਨੂੰ ਅੱਡ ਹੋਣ ਦੀ ਇਹਨਾਂ ਗੱਲਾਂ ਜਿਹੜੀਆਂ ਉਹ ਕਰਨੀਆਂ ਪਈਆਂ। ਉਹ ਗਰਵੈਂਸੇ ਜਿਹੜੇ ਨੇ, ਜੇ ਅਸੀਂ ਦੂਰ ਕਰਕੇ ਅਤੇ ਸਾਰੇ ਖਿੱਤੇ ਦੇ ਵਿੱਚ ਸ਼ਾਂਤੀ ਬਣਾਉਣ ਦੀ ਗੱਲ ਕਰਾਂਗੇ,
ਉਹ ਸ਼ਾਂਤੀ ਸਥਾਈ ਹੋਏਗੀ ਉਹ ਸ਼ਾਂਤੀ ਬਹੁਤ ਚੰਗੀ ਹੋਵੇਗੀ ਨਿੱਕੀ ਜੀ ਇੰਟਰਵੈਂਸ਼ਨ ਚਾਹੁੰਦਾ ਆ ਉਹਨਾਂ ਦਾ ਮਤਲਬ ਵਿਕਰਮਜੀਤ ਦਾ ਇਹ ਨਹੀਂ ਸੀ ਮੈਂ ਉਹਨਾਂ ਦੀ ਕੋਈ ਵਕਾਲਤ ਨਹੀਂ ਕਰਨੀ ਚਾਹੁੰਦਾ ਉਹਨਾਂ ਦਾ ਕਹਿਣਾ ਸੀ ਜੋ ਤੁਸੀਂ ਕਹਿ ਰਹੇ ਉਹੀ ਉਹ ਕਹਿ ਰਹੇ ਆ ਕਿ ਜਦੋਂ ਅਸੀਂ ਸਾਰੀ ਸਿੱਖ ਫਿਲਾਸਫੀ ਨੂੰ ਕਮਿਊਨਲਿਜ਼ਮ ਦੇ ਵਿੱਚ ਬਦਲ ਦਿੰਦੇ ਹਾਂ ਫਿਰਕਾ ਪ੍ਰਸਤੀ 'ਚ ਬਦਲ ਦਿੰਦੇ ਹਾਂ ਤੇਰ ਮੇਰ 'ਚ ਬਦਲ ਦਿੰਦੇ ਹਾਂ ਉਹ ਸਾਡੇ ਲਈ ਠੀਕ ਨਹੀਂ ਉਹ ਗੁਰੂ ਨਾਨਕ ਦੇਵ ਜੀ ਦੀ ਫਲਸਫੇ ਲਈ ਵਿਚਾਰ ਲਈ ਵੀ ਠੀਕ ਨਹੀਂ ਉਹਨਾਂ ਦਾ ਮਤਲਬ ਇੰਨਾ ਹੀ ਕਹਿਣਾ ਸੀ ਕਹਿਣ ਦਾ ਭਾਵ ਇਹ ਸੀ ਵੀ ਹੈਂਡਲ ਦੇ ਤੌਰ 'ਤੇ ਵਰਤਿਆ ਵੀ ਜਾਂਦਾ ਹੈਗਾ ਸਾਨੂੰ ਉਹ ਸਾਨੂੰ ਉਹ ਉਸ ਚਾਲ ਤੋਂ ਸਮੇਂ ਦੂਰ ਰਹਿਣਾ ਪਊਗਾ ਡਾਕਟਰ ਢਿੱਲੋਂ ਹਾਂਜੀ ਤੁਸੀਂ ਵੀ ਇੱਥੇ ਬਹਿ ਕੇ ਬੜੇ ਤਿੱਖੇ ਸਵਾਲਾਂ ਦੇ ਬੜੇ ਤਿੱਖੇ ਜਵਾਬ ਵੀ ਦਿੰਦੇ ਰਹੇ ਹੋ ਢਿੱਲੋਂ ਸਾਹਿਬ ਅੱਜ ਸਵਾਗਤ ਕਰਨ ਦਾ ਮਨ ਕਰਦਾ ਪਿਆ ਦੇਖੋ ਇਸ ਕਿਸਮ ਦੀਆਂ ਐਫਰਟਸ ਬਹੁਤ ਦੇਰ ਤੋਂ ਚੱਲ ਰਹੀਆਂ ਮੈਂ ਬਿਕਰਮਜੀਤ ਦੇ ਕਮੈਂਟਸ 'ਤੇ ਵੀ ਥੋੜ੍ਹਾ ਜਿਹਾ ਕਮੈਂਟ ਕਰਨਾ ਚਾਹੂੰਗਾ ਸਰਦਾਰ ਰਜਿੰਦਰ ਸਿੰਘ ਦੀ ਜਿਹੜੀ ਗੱਲ ਕੀਤੀ ਹੈ ਬਹੁਤ ਅਹਿਮ ਆ ਉਸ ਨੂੰ ਮੈਂ ਸਪੋਰਟ ਕਰਨਾ ਚਾਹੂੰਗਾ ਬਿਕਰਮਜੀਤ ਜੀ ਸਮਝੌਤਾ ਐਕਸਪ੍ਰੈਸ ਚਲਾਈ ਗਈ ਸਦਭਾਵਨਾ ਦੀ ਸਪਿਰਿਟ ਨਾਲ ਚਲਾਈ ਗਈ ਮੇਲ ਮਿਲਾਪ ਨਾਲ ਚਲਾਈ ਗਈ ਗੁੱਡਵਿਲ ਨਾਲ ਚਲਾਈ ਗਈ ਲੇਕਿਨ ਉਸ ਨੂੰ ਕਿਸਨੇ ਟਾਰਪੀਡੋ ਕੀਤਾ ਬੇਰਹਿਮੀ ਨਾਲ ਕੀਤਾ ਔਰ ਉਸ ਦਾ ਜਿਹੜਾ ਕਾਰਨ ਕੋਨਾ ਉਸ ਨੂੰ ਕਿਸ ਤਰੀਕੇ ਨਾਲ ਜੇਲ੍ਹ 'ਚੋਂ ਬਾਹਰ ਕੱਢ ਕੇ ਉਸ ਨੂੰ ਹੀਰੋ ਬਣਾ ਕੇ ਰੱਖਿਆ ਗਿਆ ਇਸ ਮੁਲਕ ਦੇ ਖਿੱਤੇ ਦੇ ਵਿੱਚ ਜਿਹੜਾ ਸਾਡੀ ਨੇਬਰਹੁੱਡ ਨਹੀਂ ਮੈਂ ਤਾਂ ਦੇਖੋ ਮੇਰੀ ਗੁਜ਼ਾਰਿਸ਼ ਹੈ ਮੈਂ ਪੂਰਾ ਮੌਕਾ ਦਿੰਦਾ ਤੁਹਾਨੂੰ ਹਮੇਸ਼ਾ ਮੇਰੀ ਗੁਜ਼ਾਰਿਸ਼ ਹੈ ਅੱਜ ਅਸੀਂ ਰੌਣਕਾਂ ਦੀ ਗੱਲ ਕਰੀਏ ਖੁਸ਼ੀਆਂ ਦੀ ਗੱਲ ਕਰੀਏ ਕੇਪੀ ਸਿੰਘ ਜੀ ਜੇ ਇਤਿਹਾਸ ਦੇ ਕਿਸੇ ਇਵੈਂਟ ਨੂੰ ਤੋੜ ਮੋੜ ਕੇ ਕਹਾਂ ਮੈਂ ਬੇਮੁਖ ਹੋਊਂਗਾ ਗੁਰੂ ਨਾਨਕ ਤੋਂ ਮੈਂ ਇਤਿਹਾਸ ਦੀ ਸੱਚਾਈ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਰਾਹੀਂ ਗੱਲ ਹੈ ਸਦਭਾਵਨਾ ਦੀ ਸਦਭਾਵਨਾ ਇੱਕ ਸਪਿਰਿਟ ਹੈ ਜਿਸ ਜਿਹੜੀ ਸਪਿਰਿਟ ਜਿਸ ਨੂੰ ਟਰਾਂਸਲੇਟ ਤੁਸੀਂ ਸ਼ਬਦਾਂ ਵਿੱਚ ਨਹੀਂ ਕਰ ਸਕਦੇ ਉਹ ਸਦਭਾਵਨਾ ਦਾ ਇੱਕ ਇਨਵਾਇਰਮੈਂਟ ਕ੍ਰੀਏਟ ਕਰਨਾ ਪਏਗਾ ਮੈਂ ਇਮਰਾਨ ਖਾਨ ਨੂੰ ਇਸ ਇਨੀਸ਼ੀਏਟਿਵ ਦੇ ਲਈ ਬਹੁਤ ਬਹੁਤ ਮੁਬਾਰਕ ਦਿੰਦਾ ਔਰ ਦੂਸਰੇ ਪਾਸੇ ਜਿਹੜੇ ਉਸ ਇਨੀਸ਼ੀਏਟਿਵ 'ਤੇ ਜਿਨ੍ਹਾਂ ਨੇ ਸਪੋਰਟ ਕੀਤੀ ਆ ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਲੇਕਿਨ ਬਹੁਤ ਵੱਡੇ ਗੁਰੂ ਨਾਨਕ ਨਾਮ ਲੇਵਾ ਜਿਹੜਾ ਜਗਤ ਹੈ ਉਹਨਾਂ ਦੀਆਂ ਭਾਵਨਾਵਾਂ ਇਸ ਗੱਲ ਦੇ ਨਾਲ ਬਹੁਤ ਬਰੀਕੀ ਨਾਲ ਜੁੜੀਆਂ ਹੋਈਆਂ ਕਿ ਹੇ ਸੱਚੇ ਪਾਤਸ਼ਾਹ ਪਰਵਰਦਗਾਰ ਤੂੰ ਇਹ ਜਿਹੜੇ ਬੈਰੀਅਰ ਮੈਨ ਮੇਡ ਬੈਰੀਅਰ ਆ ਜਿਹੜੇ ਖੂਨ ਖਰਾਬੇ ਦੇ ਆਧਾਰ ਦੇ ਉੱਤੇ 47 ਦੇ ਵਿੱਚ ਮਤਲਬ ਕਸੂਰ ਲੋਕਾਂ ਨੂੰ ਬੇਰਹਿਮੀ ਦੇ ਨਾਲ ਕਤਲੋਗਾਰਤ ਕੀਤੀ ਗਈ ਦੋਨੇ ਪਾਸੇ ਉਹਨਾਂ ਨੂੰ ਭੁਲਾ ਕੇ ਇੱਕ ਨਵੀਂ ਸਦਭਾਵਨਾ ਕ੍ਰੀਏਟ ਹੋ ਜੇ ਤਾਂ ਕਿ ਇਸ ਖਿੱਤੇ ਦੇਖੋ ਬਰਲਿਨ ਵਾਲ ਵੀ ਤੋੜੀ ਗਈ ਔਰ ਬਰਲਿਨ ਵਾਲ ਤੋੜਨ ਤੋਂ ਬਾਅਦ ਇਤਿਹਾਸ ਯੂਰਪ ਦਾ ਕਿ ਦੁਨੀਆ ਦਾ ਕਾਫੀ ਜ਼ਿਆਦਾ ਸੁਧਰਿਆ ਬਦਲਿਆ ਚੰਗਾ ਹੋਇਆ ਅੱਜ ਜ਼ਰੂਰਤ ਹੈ ਆਹ ਜਿਹੜਾ ਮੈਨ ਮੇਡ ਬੈਰੀਅਰਸ ਆ ਨੇਚਰ ਮੇਡ ਬੈਰੀਅਰਸ ਨਹੀਂ ਹੈਗੇ ਮੈਨ ਮੇਡ ਕੁੜੱਤਣ 'ਚੋਂ ਨਿਕਲੇ ਬੈਰੀਅਰ ਆ ਇਹ ਟੁੱਟ ਜਾਣ ਟੁੱਟਣ ਤੋਂ ਬਾਅਦ ਦੋਨੇ ਖਿੱਤੇ ਵਿੱਚ ਰਹਿ ਰਹੇ ਲੋਕ ਆਪਣੀ ਸਦਭਾਵਨਾ ਦੇ ਨਾਲ ਆਪਣੀਆਂ ਧਾਰਮਿਕ ਫੀਲਿੰਗਸ ਦੇ ਨਾਲ ਆਪਣੀਆਂ ਇੰਟਰਨਲ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਹੈ ਉਹਨਾਂ ਦੇ ਨਾਲ ਇੱਕ ਦੂਜੇ ਨਾਲ ਜੁੜ ਜਾਓ ਬਹੁਤ ਵਧੀਆ ਗੱਲ ਹੈ ਡਟੇ ਲੋ ਤੁਸੀਂ ਇਮਰਾਨ ਖਾਨ ਸਾਹਿਬ ਦਾ ਧੰਨਵਾਦ ਕੀਤਾ ਮੈਨੂੰ ਲੱਗਦਾ ਨਾ ਮੈਂ ਦੂਜੇ ਪਾਸੇ ਅੱਜ ਮੈਨੂੰ ਲੱਗਦਾ ਤੁਹਾਨੂੰ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਮੈਂ ਦੇਖੋ ਆਪਾਂ ਲੈਟ ਅਸ ਬੀ ਟਰੂਥਫੁਲ ਕਿਉਂਕਿ ਗੁਰੂ ਨਾਨਕ ਦਾ ਸੱਚਾਈ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਆ ਮੈਂ ਕਹਿੰਦਾ ਉਸਨੇ ਇਨੀਸ਼ੀਏਟਿਵ ਤਾਂ ਉਸਨੇ ਲਿਆ ਨਾ ਠੀਕ ਹੈ ਇਨੀਸ਼ੀਏਟਿਵ ਤੋਂ ਕੋਈ ਇਨਕਾਰੀ ਨਹੀਂ ਹੈਗਾ ਤੁਸੀਂ ਮੇਰੇ ਲਫ਼ਜ਼ਾਂ ਨੂੰ ਮੇਜ਼ਰ ਕਰੋ ਕੋਈ ਇਨਕਾਰੀ ਨਹੀਂ ਹੈਗਾ ਤੁਸੀਂ ਇਹ ਗੱਲ ਕਿਹਾ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਜਿਨ ਇਮਰਾਨ ਖਾਨ ਦੇ ਇਨੀਸ਼ੀਏਟਿਵ ਨੂੰ ਜਿਨ੍ਹਾਂ ਨੇ ਸਪੋਰਟ ਕੀਤਾ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਵੀ ਹਾਂ ਤੁਸੀਂ ਇਹ ਗੱਲ ਕਹੀ ਹੈ ਮੈਂ ਉਸ ਗੱਲ ਨੂੰ ਕੋਟ ਕੀਤਾ ਪਰ ਮੈਂ ਇਹ ਸਵਾਲ ਕਰ ਰਿਹਾ ਸੀਗਾ ਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਸਕਦੇ ਹੋ ਤੁਸੀਂ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਠੀਕ ਠੀਕ ਜੇ ਉਸਨੇ ਕੋਈ ਚੰਗੀ ਗੱਲ ਕੀਤੀ ਆ ਪਰ ਇਨੀਸ਼ੀਏਟਿਵ ਦੇਖੋ ਅਸੀਂ ਮੈਂ ਇੱਕ ਹਿਸਟੋਰੀਅਨ ਆ ਪ੍ਰੋਫੈਸ਼ਨਲ ਹਿਸਟੋਰੀਅਨ ਆ ਮੇਰੀ ਇੱਕ ਟ੍ਰੇਨਿੰਗ ਆ ਕਿ ਕਿਸੇ ਵੀ ਤਰੀਕੇ ਨਾਲ ਫੈਕਟ ਤੋਂ ਤੁਸੀਂ ਇਧਰ ਉਧਰ ਬਿਲਕੁਲ ਠੀਕ ਹੈ ਫੈਕਟ ਹੀ ਹੈ ਮੈਂ ਸਹਿਮਤ ਹਾਂ ਤੁਹਾਡੇ ਨਾਲ ਫੈਕਟ ਹੀ ਹੈ ਇਮਰਾਨ ਖਾਨ ਨੇ ਬਹੁਤ ਲੈਟ ਅਸ ਬੀ ਟਰੂਥਫੁਲ ਬਹੁਤ ਇਸ ਲਈ ਮੁਸ਼ਕਤ ਆਨੈਸਟ ਟੂ ਦੀ ਫੈਕਟ ਬਿਲਕੁਲ ਇਮਰਾਨ ਖਾਨ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਇਹ ਮੰਚ ਉਹਨਾਂ ਦਾ ਧੰਨਵਾਦ ਇਨੀਸ਼ੀਏਟਿਵ ਉਹਨਾਂ ਦਾ ਬਿਲਕੁਲ ਬਿਲਕੁਲ ਇਨੀਸ਼ੀਏਟਿਵ ਉਹਨਾਂ ਦਾ ਬਿਲਕੁਲ ਠੀਕ ਹੈ ਜਦੋਂ ਇਤਿਹਾਸ ਲਿਖਿਆ ਜਾਏਗਾ ਉਸ ਵੇਲੇ ਜਿਹੜਾ ਇਤਿਹਾਸਕਾਰ ਉਹ ਇੰਪਾਰਸ਼ਲੀ ਇਹੀ ਗੱਲ ਲਿਖੇਗਾ ਕਿ ਇਨੀਸ਼ੀਏਟਿਵ ਇਮਰਾਨ ਖਾਨ ਨੇ ਕੀਤਾ ਚਾਹੇ ਉਹ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਈਸਾਈ ਆ ਇਹ ਬਹੁਤ ਇੰਪੋਰਟੈਂਟ ਗੱਲ ਹੈਗੀ ਵਿਕਰਮਜੀਤ ਸਿੰਘ ਮੈਂ ਇੱਕ ਸਵਾਲ ਕੀਤਾ ਸੀ ਉਸ ਸਵਾਲ ਦਾ ਜਵਾਬ ਮੈਨੂੰ ਹਜੇ ਮਿਲਿਆ ਨਹੀਂਗਾ ਮੈਂ ਇਹ ਸਵਾਲ ਕੀਤਾ ਸੀਗਾ ਇੱਕ ਲਾਂਘਾ ਖੁੱਲ੍ਹਿਆ ਇਹ ਜਿਹੜਾ ਅੱਜ ਖੁੱਲ੍ਹਿਆ ਹੈਗਾ ਇਸ ਲਾਂਘੇ ਤੋਂ ਬਾਅਦ ਕਈ ਹੋਰ ਲਾਂਘੇ ਖੁੱਲ੍ਹਣ ਦੀ ਉਮੀਦ ਕੀਤੀ ਜਾ ਸਕਦੀ ਹੈ ਚਾਹੇ ਉਹ ਮੈਂ ਜੰਮੂ ਕਸ਼ਮੀਰ ਵਾਲਾ ਪਾਸਾ ਦੇਖਾਂ ਚਾਹੇ ਉਹ ਮੈਂ ਫਿਰੋਜ਼ਪੁਰ ਦਾ ਹਸੈਨੀ ਵਾਲਾ ਬਾਰਡਰ ਦੇਖਾਂ ਚਾਹੇ ਅਟਾਰੀ ਵਾਹਗਾ ਸਰਹੱਦ ਦੇਖਾਂ ਮੈਂ ਜਿਹੜੇ ਪਾਸੇ ਨਜ਼ਰ ਮਾਰਾਂ ਉੱਥੇ ਮੈਨੂੰ ਸਿਰਫ ਇੱਕ ਉਮੀਦ ਹੀ ਕਰਨ ਜਾਪਦੀ ਹੈ ਕਿ ਜਿਹੜੇ ਉੱਥੇ ਬਛਿੰਦੇ ਵਾਸਤੇ ਆ ਸਰਹੱਦਾਂ ਦੇ ਨੇੜੇ ਉਹ ਇਹ ਇਸ ਆਸ ਵਿੱਚ ਬੈਠੇ ਆ ਕਿ ਸਾਡੀ ਗਰੀਬੀ
दूर हो जाए, सानू सेहत चंगी मिल जाए, साड़ी सिक्ख्या चंगी मिल जाए, ये दोहां मुल्कां दी सरहदां दे विचाले तनाव घटेगा तां ही ये चीज़ां अगे वध सकदियां। विक्रमजीत, आई थिंक वी शुड सी के एक बड़ा पॉजिटिव इनिशिएटिव हैगा बिल्डिंग अप टू करतारपुर, एंड इफ दिस इनिशिएटिव गोज थ्रू स्मूथली ऑब्वियसली बड़ी एस्पिरेशन और एक्सपेक्टेशन राइज करनगियां कि साढ़े दूजे जिहड़े कोरीडोरस ने, ट्रेड कोरीडोरस ने, ट्रेड रूट्स ने ओपन अप हो जाण। क्योंकि देखो जिहड़ी इंडो पाक टेंशन विच देखो इन्होंने ट्रेड भी बंद करवाता, ठीक है ना, लोगों का बॉर्डर क्रॉस करना इन्ना औखा हो गया। सब ज़्यादा इंपैक्ट अपने अमृतसर पे है, उत्थे कुली विचारे भुखे मर, कुली भुखे मर, अनएम्प्लॉयमेंट उत्थे वध गई हैगी। सो पंजाब स्टेट है, जम्मू कश्मीर स्टेट है, ये जिहड़ी बॉर्डर स्टेट्स ने, दे आर सफरिंग ट्रमेंडसली। और देखो ये ब्यूटी देखो किन्नी है कि पंजाब जिस तरह स्टेट वॉज नॉर्मली अ फ्रंटल स्टेट फॉर वॉरफेयर, क्योंकि पाकिस्तान लड़ाई हुई तो पंजाब ने ब्रंट लेता, पर अज एक पंजाब विचों इनिशिएटिव उठा जिहड़ा दूजे दोनों देशों को कोल लैके आ रहा। और ये तो हुण साडी लीडरशिप ते हैगी है दोनों देशों की कि इस इनिशिएटिव नूं अगे लैके जाण, सो दैट ये जिहड़ी इंडो पाक टेंशनस ने ये रिड्यूस हो। देखो ना हुण LOC ते फायरिंग हो रही है, फिर टेंशन आर राइजिंग इन जम्मू कश्मीर, बट इफ यू सी दिस इनिशिएटिव इट इज़ वेरी पॉजिटिव इनिशिएटिव अगेंस्ट दैट नैगेटिविटी। और अगर तुसी रियलिस्टिकली देखो, इंडिया हैज़ टू समडे और दी अदर कम टू अ सेटलमेंट विद पाकिस्तान, क्योंकि वी कैनॉट अफोर्ड इनस्टेबिलिटी एंड टेंशन। और पता क्या खतरा है, यदा एक खतरा हैगा कि अगर उग्रवादी टेररिज्म वधदा है, इंडिया ते अटैक वधदे ने, ते मोदी साहब इज़ अंडर ट्रमेंडस प्रेशर टू मिलिटरीली रिटैलिएट। पहली बारी उड़ी होया इन्होंने पैरा रेजिमेंट स्ट्राइक्स की, उसके बाद पुलवामा होया इन्होंने एयर स्ट्राइक्स की। हुण तुसीं सोचो कि अगर ये होर वड्डा टेररिज्म अटैक हुंदा है तो मोदी साहब ते तो इन्ना वड्डा प्रेशर है टू मिलिटरीली रिटैलिएट, उसके उपर पाकिस्तान ने रिटैलिएट करना, और वो फिर एस्केलेशन स्पायरल कितने जाता है, इट कैन गो एनीवेयर। बहुत अहम पॉइंट है थोड़ा, एक छोटा जिहा वक्फा लैने वक्त तो वापस आवा कि दोहां मुल्कां की सियासत इस फलसफे समझती पई है कि है जिहड़े दहशतगर्दी की गल विक्रमजीत हरा ने छेड़ी है कि यह दहशतगर्दी दोहां मुल्कां का नुकसान करेगी, दोहां मुल्कां दा नुकसान होगा, असी तरक्की दीआं राहां ते नहीं जा सकते गे, जिहड़े दीवे असी जगाउण की कोशिश करते पे है, जिहड़े उम्मीदां दे दीवे असी जगा रहे हैगे, जिहड़ा तेल असी पा रहे हैगे उहनां विच, उह उम्मीदां दे दीवे साडे बुझ जाणगे। इह दोहां मुल्कां दे बछिंदियां नूं भी सोचना पवेगा, इन्हां मुल्कां दी सियासत नूं भी सोचना पवेगा, इह बछिंदे जिहड़े दोहां मुल्कां दे इह उस सियासत दे उत्ते प्रभाव पा सकते हैं, उन्होंने दस सकते हैं कि तस्वीर देखो जो असं इकट्ठे हाथ जोड़ के अरदासा करते पे हैं दोहां मुल्कां की शांति दे लई, ये तस्वीर जे तुसी नहीं देखोगे फिर तुसी आपदी ईगो दे विच जिओगे, दोहां मुल्कां नूं नहीं जिओण देवोगे। ब्रेक तो वापस आ रहे सवाल एक पूछ रहे हैं, वड्डा सवाल असं यह पूछ रहे हैं कि कौमांतरी नगर कीर्तन जरिए दोहां मुल्कां की सियासत सांझीवालता का फलसफा समझेगी। अरिंदर खालसा जी, मैं तुहाडे तों इस सैगमेंट के आगाज़ करना चाहूँगा, तुसीं एक गल कही सी मैं नगर कीर्तन ते ज़्यादा बिलीव नहीं करता गा, जो फलसफे आ गुरु नानक साहब के उन्होंने जे हकीकी तौर पर असं अमल करांगे मैं उन्होंने बिलीव करता हैगा, तुहाडी गल दे विच वजन हैगा, पर मैं उस चर्चा के वल नहीं जाना चाहुंदा गा जिहड़ी चर्चा तुसीं छेड़ी, उह कितें किसे दिन होर कर लूँगा, पर सवाल यह हैगा किवें सुनेहा दित्ता जांदा दोहां मुल्कां की सियासत नूं। नहीं देखो गल है कि मैं ये जिहड़ा नगर कीर्तन है ये कोई अपोज नहीं कर रहा, उसका कारण यह है कि ये मैं इंज वेख रहा जिमें मेरे गुरु नानक साहब सारिया सरहदा टप के अलग अलग मुल्कों के गए सी, तो साडा वो देश दृश्य नज़र आ रहा, वह जहाँ दृश्य नज़र आ रहा जिमें गुरु नानक साहब दीवारा तोड़न की कोशिश कर रहे हैं, पर मैं फिर गल रिपीट करा वो दीवारा सिर्फ एक दरवाजे खुलन नहीं टुटनिया, तुसीं जिहड़ी हुण गल कर रहे सी अलग अलग सरहदां दी गल कर रहे सी, फाजिलका खुल जाएगा, फिरोजपुर खुल जाएगा, वह खुल जाएगा, ये सारे दरवाजे खुल जाएंगे जिस तरह मना दे दरवाजे खुल गए। असल गल ते मन दे विचों कुड़तन दूर होवे, साडे दोनों देशों का भला इस गल दे विच है कि यह नफरत की राजनीति खत्म होवे, जिहड़ा दोन एक खिमा करना मैं एक गल कहनी चाहवांगा, दोनों सरकारां ने एक ड्रामा बनाया होया, भावें भारत की सरकार है तो भावें उत्थे दी सरकार है, जो उत्थे कुछ हो जाए तो भारत के उत्ते इल्जाम ला के अपन पोलीटिकली अपने आप को स्ट्रोंग कर लो, तो जो भारत हो जाए तो पाकिस्तान से इल्जाम ला के अपने आप को पोलीटिकली सेव करने की कोशिश करो, जी हमने विक्रमजीत सिंह जी गल कर रहे थे कि मोदी के उत्ते प्रैशर है, वो प्रैशर क्यों असी बिल्ड किया होया कि असी क्यों असी उस ब्लैकमेलिंग दे विच आ रहे हैं
क्यों असी सच्चाई को समझने की कोशिश नहीं कर रहे कि इन्ना पैसा मुल्क का जोड़ा है सिक्योरिटी के उत्ते जोड़ा खर्च हो रहा है जोड़ा लोगों की भलाई लिए किया वरत्या जा सकता है। अज 72 साल हो गए देश को आज़ाद हो साढ़े देश के दे थां थां के उत्ते लोग भीख मंगते फिरते हैं थां थां के उत्ते इतनी गरीबी अज का हिसाब किताब कोई नहीं कि लोगों की जिंदगी उठाने लिए पैसा नहीं वरत्या जा सकता। अज गुरु नानक पातशाह के प्रकाश उत्सव दल्ला कर रहे हैं इस नगर कीर्तन दल्ला कर रहे हैं तो दिलों खोलीए बिल्कुल सही गलवकड़िया चलीए सारे समाज में सारी मनुखता ठीक इन्हों नफरतों को दूर करके एक प्यार का माहौल बनाने की कोशिश करिए प्यार का माहौल बनाने की कोशिश मुहब्बत का पैगाम दी एक दूजे को डटे लो समझौता एक्सप्रैस का जिक्र किया सदा सरहद का भी जिक्र होंगे जिहड़ियां कोशिशां इदों पहलां होईआं यह 72 साल के मैं लगता इन्नी को तुहाडी उम्र भी होगी डटे लो इहो जी कोशिश 72 सालों के इस तो पहला कदे देखी मैं तो देखी है बिटनेस जिहड़ी 1947 जदों ब्रिटिश एम्पायर की विड्रॉल हुई सौ काल जिहड़ी आज़ादी है उसने 10 लाख बंदियां नूं मतलब बेरहमी दे नाल कतलोगारत कराता हज़ारा बीबियां दा गैंगरेप होया उहदे च मुसलमान बीबियां भी सी हिंदू भी सी सिख भी सी तो मैं उस कतलोगारत दा बचपन दे विच नज़ारे देखे हुए आ जिहड़े इतने दर्दनाक ते भयानक सी ਜਿਹੜੇ ਹਲੇ ਵੀ ਮੈਨੂੰ ਕਈ ਵਾਰੀ ਡਰਾਉਂਦੇ ਆ ਮੇਰੇ ਇਮੇਜਿਨੇਸ਼ਨ ਚ ਆ ਕੇ ਉਸ ਮੰਜ਼ਰ ਨੂੰ ਯਾਦ ਕਰਕੇ ਉਸ ਉਹਨਾਂ ਇਵੈਂਟਸ ਨੂੰ ਆਪਣੇ ਮਨ ਦੇ ਵਿੱਚ ਵਿਜੂਅਲਾਈਜ਼ ਜਦੋਂ ਕਿਸੇ ਵੇਲੇ ਰਾਤ ਨੂੰ ਕਰੀਦਾ ਤਾਂ ਡਰ ਆਉਂਦਾ ਉਸ ਗੱਲ ਤੋਂ ਅੱਜ ਜਿਹੜੀ ਲੜਾਈ ਜੇ ਇਹ ਗੱਲ ਨੂੰ ਨਾ ਠੱਲ ਪਾਈ ਗਈ ਇੰਡੋ ਪਾਕਿਸਤਾਨ ਰਿਲੇਸ਼ਨਸ ਦੇ ਵਿੱਚ ਜੇ ਨਾ ਠੰਡ ਪਾਈ ਗਈ ਤਾਂ ਨਿਊਕਲੀਅਰ ਵਾਰ ਇੱਥੋਂ ਹੋ ਸਕਦੀ ਆ ਸਾਊਥ ਈਸਟ ਏਸ਼ੀਆ ਦੇ ਵਿੱਚੋਂ ਕਨਵਰਟ ਹੋ ਸਕਦੀ ਹੈ ਇਨਟੂ ਦੀ ਵਰਲਡ ਵਾਰ ਜਿਵੇਂ ਉੱਤਰ ਕੋਰੀਆ ਦੱਖਣੀ ਕੋਰੀਆ ਜਿਵੇਂ ਇਹਨਾਂ ਨੇ ਹੁਣ ਚੀਜ਼ਾਂ ਕੀਤੀਆਂ ਹੈਗੀਆਂ ਕਿ ਸਾਡੇ ਦੋਹਾਂ ਮੁਲਕਾਂ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਸਾਡੇ ਦੋਨਾਂ ਮੁਲਕਾਂ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸਰਦਾਰ ਰਜਿੰਦਰ ਸਿੰਘ ਨੇ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ ਸੀ ਬਹੁਤ ਹੀ ਸਿਗਨੀਫੀਕੈਂਟ ਗੱਲ ਸੀ ਉਹ ਤੁਸੀਂ ਮੇਰਾ ਖਿਆਲ ਕੈਪਚਰ ਨਹੀਂ ਕੀਤੀ ਸਾਡੀ ਜਿਹੜੀ ਰੂਲਿੰਗ ਐਲੀਟ ਆ ਇਸ ਮੁਲਕ ਦੀ ਉਹ ਦੇ ਆਰ ਓਨਲੀ ਇੰਟਰਸਟਿਡ ਇਨ ਦੀ ਟੈਰੀਟਰੀ they are not interested in the well-being of the populace of that those areas jis tarah kashmir de vich unna da territory de naal interest hai na ke lokan naal punjab de vich punjab di dharti naal interest hai na ke punjab de lokan naal unna ne keha si kashmir vich kashmiriyan nu manfi na kita jave punjab vich sikhan nu manfi karke na dekha jave bahut important point hai eh bahut important gall inna ne kahi aa is eh gall palle ban leni chahidi aa hindustan de jehde siyasadan aa jehdi ruling elite aa ਗੱਲ ਤਾਂ ਰੂਲਿੰਗ ਇਲੀਟ ਤੇ ਆ ਅਸੀਂ ਤਾਂ ਗੱਲ ਕਹਿ ਹੀ ਸਕਦੇ ਆ ਉਹ ਹੁਣ ਜਿਹੜਾ ਨਹੀਂ ਹੁਣ ਜਿਵੇਂ ਦੋਹਾਂ ਮੁਲਕਾਂ ਦੇ ਬਸ਼ਿੰਦੇ ਇਕੱਠੇ ਤੁਹਾਨੂੰ ਦੇਖਦੇ ਪਏ ਆ ਲਾਹੌਰ ਤੋਂ ਇਕੱਠੇ ਨਨਕਾਣਾ ਸਾਹਿਬ ਤੋਂ ਇਕੱਠੇ ਬਹੁਤ ਇਹ ਮੈਸੇਜ ਤਾਂ ਜਾਂਦਾ ਨਾ ਇੱਕ ਕਿ ਨਹੀਂ ਜਾਂਦਾ ਕਿ ਤਸਵੀਰਾਂ ਦੇਖਦੇ ਨਹੀਂ ਸਿਆਸਤ ਮੈਸੇਜ ਦੀ ਬਹੁਤ ਜ਼ਿਆਦਾ ਸਿਗਨੀਫੀਕੈਂਸ ਨਹੀਂ ਇਸ ਨੂੰ ਤੁਸੀਂ ਵਧਾ ਚੜਾ ਕੇ ਮਤ ਦੇਖੋ ਇਹ ਜਿਹੜੇ ਰੂਲਿੰਗ ਇਲੀਟ ਆ ਉਹ ਕੀ ਪੋਸਚਰ ਲੈਂਦੀ ਆ ਆਪਣੀ ਸਦਭਾਵਨਾ ਨੂੰ ਆਪਣੇ ਮਨਾਂ ਵਿੱਚ ਤੁਸੀਂ ਡਿਬੇਟ ਨੂੰ ਇੱਕ ਨਵਾਂ ਰੂਪ ਦਿੱਤਾ ਹੈਗਾ ਵੱਖਰਾ ਮੋੜ ਦਿੱਤਾ ਹੈ ਵਿਕਰਮ ਜੀ ਨਹੀਂ ਠੀਕ ਹੈ ਮੈਂ ਇਸ ਸਵਾਲ ਤੇ ਆ ਰਿਹਾ ਸੀ ਵਿਕਰਮਜੀਤ ਇਹ ਕਹਿੰਦੇ ਵਧਾ ਚੜਾ ਕੇ ਜੀਆਂ ਨੂੰ ਹੀ ਦੇਖਣਾ ਚਾਹੀਦਾ ਹੈਗਾ ਉਹਨਾਂ ਨੇ ਆਦੇ ਤਰੀਕੇ ਨਾਲ ਸੋਚਣਾ ਹੈਗਾ ਇਹ ਦੋਹਾਂ ਮੁਲਕਾਂ ਦੇ ਪਿਛਲੇ ਆਦੇ ਤਰੀਕੇ ਨਾਲ ਸੋਚਦੇ ਹੈਗੇ ਵਿਕਰਮਜੀਤ ਅੱਜ ਕੋਈ ਇਹਨਾਂ ਦੇ ਚਸ਼ਮੇ ਬਦਲ ਜਾਣਗੇ ਕਿ ਨਹੀਂ ਬਦਲ ਜਾਣਗੇ ਯਾ ਐਜ਼ ਅ ਮੈਂ ਆਈ ਹੈਵ ਸੈਡ ਅਰਲੀਅਰ ਦੈਟ ਇਹ ਜਿਹੜਾ ਇਨੀਸ਼ੀਏਟਿਵ ਹੈ ਇਹ ਕਿੰਨੀ ਅੱਗੇ ਜਾਂਦਾ ਟੂਵਰਡਸ ਪੀਸ ਇਨ ਸਾਊਥ ਏਸ਼ੀਆ ਡਿਪੈਂਡਸ ਕਿ ਦੋਨੋਂ ਲੀਡਰਸ਼ਿਪਸ ਇਨੀਸ਼ੀਏਟਿਵ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਗੇ ਵਿਲ ਦੇ ਲੀਵ ਦੀ ਇਨੀਸ਼ੀਏਟਿਵ ਹੇਅਰ ਹੁਣ ਸਪੋਜ਼ਿੰਗ 6 ਮਹੀਨੇ ਕਰਤਾਰਪੁਰ ਕੋਰੀਡੋਰ ਬੜਾ ਵਧੀਆ ਚੱਲੇ ਉਹਦੇ ਬਾਅਦ ਕਿਸੇ ਔਨ ਆਈਦਰ ਸਾਈਡ ਦਾ ਬਾਰਡਰ ਕਿਸੇ ਨੂੰ ਆ ਜਾਏ ਕਿ ਮੇਰਾ ਤਾਂ ਪੋਲੀਟੀਕਲ ਇੰਟਰਸਟ ਜਾਂ ਵੈਸਟਡ ਇੰਟਰਸਟ ਇਹ ਹੈਗਾ ਕਿ ਮੈਂ ਇਹਨੂੰ ਸੈਬੋਟਾਜ ਕਰਾਂ ਠੀਕ ਹੈ ਅਤੇ ਉਹ ਸੈਬੋਟਾਜ ਕਰਦੇ ਫਿਰ ਪੱਠਾ ਪੈ ਜੂਗਾ ਕੱਲ੍ਹ ਪਾਕਿਸਤਾਨ ਕਹਿੰਦੇ ਜੀ ਕਿ ਮੈਂ ਤਾਂ ਇੰਡੀਆ ਇਜ਼ ਡੂਇੰਗ ਦਿਸ ਅਤੇ ਮੈਂ ਅਸੀਂ ਕਰਤਾਰਪੁਰ ਕੋਰੀਡੋਰ ਨੂੰ ਟੈਂਪਰਰਲੀ ਬੰਦ ਕਰ ਰਹੇ ਹਾਂ ਇੰਡੀਆ ਕਹਿੰਦੇ ਜੀ ਸਾਨੂੰ ਸਿਕਿਉਰਿਟੀ ਥ੍ਰੈਟ ਹੈ ਅਸੀਂ ਇਸ ਸਾਈਡ ਤੋਂ ਬੰਦ ਕਰ ਰਹੇ ਹਾਂ ਟੈਂਪਰਰਲੀ ਸੋ ਇਟ ਕੈਨ ਜਸਟ ਗੋ ਜਿਸ ਤਰ੍ਹਾਂ ਕਹਿੰਦੇ ਨਾ ਇਟ ਕੈਨ ਗੋ ਅਗੇਨ ਗੋ ਬੈਕ ਟੂ ਅ ਸਟੇਲਮੇਟ ਸੋ ਅਗਰ ਦੋਨੋਂ ਲੀਡਰਸ਼ਿਪਸ ਇਹਨੂੰ ਪੋਜ਼ਿਟਿਵ ਲੌਂਗ ਟਰਮ ਲਈ ਲੈ ਕੇ ਜਾਂਦੀਆਂ ਨੇ ਤੇ ਦਿਸ ਕੈਨ ਬੀ ਜਿਹੜਾ ਅੱਜ ਦਾ ਇਵੈਂਟ ਹੈਗਾ ਇਹਨੂੰ ਅਸੀਂ ਪ੍ਰੈਜ਼ੈਂਟ ਸਿਚੁਏਸ਼ਨ ਵਿੱਚ ਹੀ ਦੇਖੀਏ ਫਿਊਚਰ ਵਿੱਚ ਨਾ ਦੇਖੀਏ ਨਹੀਂ ਫਿਊਚਰ ਦੇਖਣਾ ਪਏਗਾ ਬਿਕੋਜ਼ ਯੂ ਸੀ ਐਵਰੀ ਇਵੈਂਟ ਹੈਜ਼ ਅ ਬੇਅਰਿੰਗ ਔਨ ਦਾ ਫਿਊਚਰ ਐਂਡ ਦਿਸ ਲੀਡਸ ਟੂ ਕਰਤਾਰਪੁਰ ਇਨੀਸ਼ੀਏਟਿਵ ਦੇਖੋ ਪਹਿਲੀ ਵਾਰੀ ਹੈ ਕਿ ਇੱਕ ਨਗਰ ਕੀਰਤਨ ਪਾਕਿਸਤਾਨ ਤੋਂ ਚੱਲ ਕੇ ਇੰਡੀਆ ਆਇਆ 17 ਸਟੇਟਸ ਦਾ ਦੌਰਾ ਕਰੂਗਾ ਐਂਡ ਫਾਈਨਲੀ ਗੋ ਟੂ ਆਈ ਥਿੰਕ ਸੁਲਤਾਨਪੁਰ ਲੋਧੀ ਸਾਹਿਬ ਉੱਥੇ ਜਾਏਗਾ ਨਵੰਬਰ ਦੇ ਵਿੱਚ ਸੋ ਉਹਦੇ ਨਾਲ ਆਈ ਥਿੰਕ ਸਾਡੇ ਪਾਕਿਸਤਾਨੀ ਸਿੱਖ ਸ਼ਰਧਾਲੂ ਵੀ ਨਾਲ ਆ ਰਹੇ ਨੇ ਸੋ ਇਟ ਇਜ਼ ਅ ਹਿਸਟੋਰਿਕ ਥਿੰਗ ਐਂਡ ਵੀ ਸ਼ੁੱਡ ਸੀ ਇਟ ਵਿਦ ਅ ਪੋਜ਼ਿਟਿਵ ਸਾਈਡ ਔਨ ਦਾ ਫਿਊਚਰ ਲੇਕਿਨ ਇੰਡੀਆ ਪਾਕਿਸਤਾਨ ਦੀ ਜਿਹੜੀ ਕੰਪਲੈਕਸਿਟੀਜ਼ ਇੰਨੀ ਟ੍ਰਬਲਡ ਹਿਸਟਰੀ ਹੈ ਵੀ ਸ਼ੁੱਡ ਆਲਵੇਜ਼ ਗਾਰਡ ਕਿ
ਕਿ ਇਹਦੇ ਵਿੱਚ ਨੈਗੇਟਿਵਿਟੀ ਫੇਰ ਉਸ ਇਤਿਹਾਸ ਨੂੰ ਸਾਨੂੰ ਯਾਦ ਰੱਖ ਕੇ ਹੀ ਅੱਗੇ ਵਧਣਾ ਪਵੇਗਾ। ਐਗਜ਼ੈਕਟਲੀ। ਰਸਮਜੀਤ ਸਿੰਘ, ਹਾਂ, ਮੇਰਾ ਇਹ ਕਹਿਣਾ ਕਿ ਪਹਿਲੀ ਦੀ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਜੇ ਅਸੀਂ ਨੇੜੇ ਆਏ ਹਾਂ ਤਾਂ ਉਹ ਕਿਸੇ ਉਹ ਜਿਹੜੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ, ਖਾਸ ਕਰ ਪਾਕਿਸਤਾਨ ਦੀ ਸਰਕਾਰ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ, ਉਹਨੂੰ ਇੰਝ ਮਤ ਸਮਝੋ ਕਿ ਉਹਨਾਂ ਦੇ ਦਿਲ ਦੇ ਵਿੱਚ ਕੋਈ ਬਹੁਤ ਹੀ ਇੰਡੋ ਪਾਕ ਦੋਸਤੀ ਦੀ ਇੱਕ ਅਚਾਨਕ ਉਹਨਾਂ ਨੂੰ ਕੋਈ ਸੁਪਨਾ ਆਇਆ ਕਿ ਸਾਨੂੰ ਲੜਾਈ ਦੀ ਜਗ੍ਹਾ ਸ਼ਾਂਤੀ ਰੱਖਣੀ ਚਾਹੀਦੀ ਨਾ। ਉਹਨਾਂ ਦੀ ਅੰਦਰੂਨੀ ਹਾਲਤ ਜਿਹੜੀ, ਆਰਥਿਕ ਹਾਲਤ ਬੜੀ ਜ਼ਰਜ਼ਰ ਹੋ ਚੁੱਕੀ ਆ, ਉਹ ਹੁਣ ਲੜਾਈ ਨੂੰ ਅਫੋਰਡ ਨਹੀਂ ਕਰ ਸਕਦੇ। ਇੰਟਰਨੈਸ਼ਨਲ ਦਬਾਅ ਜਾਂ ਰਿਲੇਸ਼ਨ ਇਹੋ ਜਿਹੇ ਬਣ ਚੁੱਕੇ ਆ ਜਿੱਥੇ ਉਹਨਾਂ ਕੋਲ ਬਹੁਤੇ ਰਸਤੇ ਬਚੇ ਨਹੀਂ ਐਕਸੈਪਟ ਕਿ ਉਹ ਦੋਸਤੀ ਦਾ ਹੱਥ ਵਧਾਉਣ ਔਰ ਸ਼ਾਂਤੀ ਰੱਖਣ। ਇਸ ਕਰਕੇ ਜਿਹੜੀ ਗੱਲ ਇਹ ਕਿ ਕਦੀ ਵੀ ਉਹ ਠੂਠਾ ਕਰਕੇ ਆਪਣੇ ਰਾਜਨੀਤਿਕ ਲਾਹ ਲੈਣ ਲਈ ਇੱਕ ਦੂਜੇ ਨੂੰ ਦੁਸ਼ਮਣ ਦਿਖਾ ਕੇ ਉੱਧਰ ਨੂੰ ਉਹ ਕਦੀ ਵੀ ਇਸ ਸ਼ਾਂਤੀ ਨੂੰ ਭੰਗ ਕਰ ਸਕਦੇ ਆ, ਹੋ ਸਕਦਾ ਥਰੈਟੀਕਲੀ ਓਕੇ, ਟੈਕਨੀਕਲੀ ਓਕੇ, ਲੇਕਿਨ ਮੇਰਾ ਖਿਆਲ ਹੈ ਕਿ ਜੇ ਉਹ ਅਜੇ ਵੀ ਇਸ ਪਾਸੇ ਨੂੰ ਜਾਰੀ ਰਹਿਣਗੇ ਰੱਖਣਗੇ ਤਾਂ ਇਹ ਤਾਂ ਠੀਕ ਹੈ ਕਿ ਜਿਹੜੇ ਲੋਕ ਆ ਅੱਜ ਜਿਹੜੇ ਇੱਕ ਦੂਜੇ ਨਾਲ ਇੰਨਾ ਪਿਆਰ ਦਿਖਾਉਂਦੇ ਆ, ਕੱਲ੍ਹ ਨੂੰ ਫਿਰ ਇੱਕ ਦੂਜੇ ਦੇ ਵਿਰੁੱਧ ਨਾਅਰੇ ਲਾਉਣ ਲੱਗ ਸਕਦੇ, ਕਿਉਂਕਿ ਲੋਕਾਂ ਦਾ ਜਿੱਧਰ ਨੂੰ ਸਰਕਾਰਾਂ ਲਿਜਾਉਂਦੀਆਂ ਚਲੇ ਜਾਂਦੇ ਆ, ਫਿਰ ਭਾਵਨਾ ਉੱਧਰ ਨੂੰ। ਪਹਿਲਾਂ ਵੀ ਲੋਕਾਂ ਦਾ ਬੜਾ ਪਿਆਰ ਸੀ 47 'ਚ, ਕਿਸੇ ਦੀ ਕੋਈ ਦੁਸ਼ਮਣੀ ਨਹੀਂ ਸੀ, ਜਾਣ ਬੁੱਝ ਕੇ ਸਾਰਾ ਕੁਝ ਕਰਵਾ ਪਾਕਿਸਤਾਨ ਨੂੰ ਵੀ ਔਰ ਹਿੰਦੁਸਤਾਨ ਨੂੰ ਵੀ। ਮੇਰਾ ਖਿਆਲ ਆ ਕਿ ਚਾਹੀਦਾ ਇਹ ਹੈ ਕਿ ਸਾਡਾ ਜੇ ਗੁਆਂਢ ਦੇ ਵਿੱਚ ਸ਼ਾਂਤੀ ਰਹੂ, ਸਾਡੀ ਦੋਸਤੀ ਰਹੂ, ਤੇ ਬਹੁਤ ਸਾਰੇ ਸਾਡੇ ਜਿਹੜੇ ਖਰਚੇ ਤੇ ਮਸਲੇ ਜਿਹੜੇ ਹੱਲ ਹੋ ਜਾਣਗੇ। ਦੂਜੀ ਗੱਲ ਜਿਹੜੀ ਬੜੀ ਇੰਪੋਰਟੈਂਟ, ਤੁਸੀਂ ਲਗਾਤਾਰ ਪੁੱਛ ਰਹੇ ਆ ਕਿ ਇਹ ਲਾਂਘਾ ਇੰਜੀ ਖੁੱਲਾ ਰਹੂ ਤੇ ਆਰਥਿਕ ਤੌਰ ਤੇ ਜਿਹੜੀ ਬੰਬੇ ਵਾਲੀ ਲੌਬੀ ਹੈ ਉਹ ਇੰਨੀ ਇੰਟਰੈਸਟਡ ਆ, ਬਹੁਤ ਵਾਰੀ ਸਾਡੀ ਪੀਸ ਭੰਗ ਕਰਨ ਵਾਲੀ ਉਹ ਬੰਬੇ ਵਾਲੀ ਲੌਬੀ ਆ, ਤਾਂ ਕਿ ਜਿਹੜੀ ਉੱਥੋਂ ਦੇ ਸ਼ਿਪਸ ਜਾਂ ਹੋਰ ਟ੍ਰੇਡ ਆ ਉੱਧਰ ਦੀ ਹੁੰਦਾ ਰਹੇ, ਭਾਵੇਂ ਸਾਨੂੰ ਜਿੰਨਾ ਮਰਜ਼ੀ ਮਹਿੰਗਾ ਹੋਵੇ, ਉਹ ਨਹੀਂ ਚਾਹੁੰਦੇ ਕਿ ਇੱਥੋਂ ਬਾਰਡਰ ਸਾਡਾ ਖੁੱਲ੍ਹੇ। ਮੇਰਾ ਖਿਆਲ ਹੈ ਇਹ ਇੱਕ ਫੈਕਟਰ ਜਿਹੜਾ ਵੀ ਸਾਨੂੰ ਮਨ ਵਿੱਚ ਰੱਖਣਾ ਚਾਹੀਦਾ। ਚਲੋ, ਸ਼ਾਇਦ ਮੁੰਬਈ ਵੀ ਸੁਨੇਹਾ ਪਹੁੰਚ ਜੂਗਾ ਜਦੋਂ ਇਹ ਨਗਰ ਕੀਰਤਨ ਉਹਨਾਂ ਹੱਦਾਂ ਵਿੱਚੋਂ ਦੀ ਲੰਘੂਗਾ, ਸੁਨੇਹੇ ਸਾਰੇ ਕਿਤੇ ਪਹੁੰਚਣਗੇ। ਠੀਕ ਹੈ, ਅੱਜ ਦੀ ਤਸਵੀਰ ਹੈ ਜਿਹੜੀ ਅੱਜ ਤੱਕ ਸੀਮਤ ਰੱਖ ਸਕਦੇ ਹਾਂ, ਪਰ ਭਵਿੱਖ ਵਿੱਚ ਇਹ ਤਸਵੀਰ ਵੱਡੀ ਹੋ ਸਕਦੀ ਹੈ। ਉਮੀਦ ਦੇ ਸਾਰੇ ਜਿੰਦਾ ਹੈਗੇ ਆ, ਇਸੇ ਮੰਚ ਤੋਂ ਬਹੁਤ ਸਾਰੇ ਸਵਾਲ ਆ, ਕੜੱਤਣ ਵਾਲੇ ਵੀ ਪੁੱਛੇ ਜਾਂਦੇ ਹੈਗੇ ਆ, ਜਦੋਂ ਉਮੀਦ ਦੀ ਕਿਰਨ ਜਾਪਦੀ ਹੈਗੀ ਹੈ ਉਦੋਂ ਉਮੀਦ ਵਾਲੇ ਸਵਾਲ ਕਰਦਾ ਜ਼ਰੂਰ ਹਾਂ। ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਇੱਕੋ ਪੁੱਛਣਾ ਕਿ ਗਵਾਂਤਰੀ ਨਗਰ ਕੀਰਤਨ ਜ਼ਰੀਏ ਦੋਹਾਂ ਮੁਲਕਾਂ ਦੀ ਸਿਆਸਤ ਸਾਂਝੀਵਾਲਤਾ ਦਾ ਫਲਸਫਾ ਸਮਝੇਗੀ। ਇੱਕ ਵਿਕਰਮਜੀਤ, ਇੱਕ ਚੀਜ਼ ਮੈਂ ਜ਼ਰੂਰ ਤੁਹਾਨੂੰ ਸਮਝਣਾ ਚਾਹੁੰਦਾ, ਬੜਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਕੋਲਮ ਲਿਖਦਿਆਂ ਨੂੰ, ਬੜੀ ਦੇਰ ਤੁਸੀਂ ਕਰਗਿਲ ਵਾਲੇ ਪਾਸੇ ਰਿਪੋਰਟਿੰਗ ਵੀ ਕੀਤੀ ਹੈਗੀ, ਕਸ਼ਮੀਰ ਵਿੱਚ ਰਹੇ ਹੋ ਤੁਸੀਂ, ਕਰਗਿਲ ਜੰਗ ਵੀ ਤੁਸੀਂ ਦੇਖੀ ਹੈਗੀ ਹੈ। ਵਿਕਰਮਜੀਤ, ਸਵਾਲ ਇਹ ਹੈਗਾ, ਕਈ ਵਾਰ ਮੈਂ ਆਪਣੇ ਦਾਇਰੇ ਵਿੱਚ ਹੀ ਇਹ ਸਵਾਲ ਕਰਨਾ ਚਾਹੁੰਦਾ, ਮੀਡੀਆ ਦਾ ਜਿਹੜਾ ਸਾਡਾ ਦਾਇਰਾ ਹੈਗਾ ਉਹਦੇ ਵਿੱਚ ਕਈ ਵਾਰੀ ਖਬਰਾਂ ਲਵਾਈਆਂ ਜਾਂਦੀਆਂ, ਖਬਰਾਂ ਕਹਿ ਕੇ ਪਬਲਿਸ਼ ਕਰਵਾਈਆਂ ਜਾਂਦੀਆਂ, ਜਿਹਨੂੰ ਅਸੀਂ ਪਲਾਂਟਡ ਖਬਰਾਂ ਕਹਿ ਦਿੰਦੇ ਹੈਗੇ ਆ, ਕਿ ਇਸ ਜਿਹੜਾ ਸਾਰਾ ਉੱਦਮ ਕੀਤਾ ਜਾ ਰਿਹਾ, ਸਾਰੇ ਕਦਮ ਅੱਗੇ ਵੱਧ ਰਹੇ ਹੈਗੇ, ਇਹ ਸਭ ਦੇ ਵਿਚਾਲੇ ਉਹ ਗਤੀਵਿਧੀਆਂ ਵੀ ਹੋ ਸਕਦੀਆਂ, ਸਾਨੂੰ ਉਹ 'ਤੇ ਵੀ ਨਜ਼ਰ ਰੱਖਣੀ ਪਵੇਗੀ ਕਿ ਨਹੀਂ? ਨਹੀਂ, ਬਿਲਕੁਲ, ਐਵੀਡੈਂਸ ਤਾਂ ਤੁਹਾਨੂੰ ਅੱਜ ਦਿਖ ਰਿਹਾ। ਤੁਸੀਂ ਦੇਖੋ ਜਿਹੜੀ ਨਗਰ ਕੀਰਤਨ ਦੀ ਕਵਰੇਜ ਹੈ ਸਾਡੇ ਜਿਹੜਾ ਸੋ ਕਾਲ ਮੇਨ ਸਟ੍ਰੀਮ ਮੀਡੀਆ ਹੈ ਉਹਦੇ ਵਿੱਚ ਕਵਰੇਜ ਬੜੀ ਘੱਟ ਹੈ, ਔਰ ਜੋ ਵੀ ਕਵਰੇਜ ਆ ਰਹੀ ਹੈ ਮੋਸਟਲੀ ਇਟ ਇਜ਼ ਨੈਗੇਟਿਵ ਕਵਰੇਜ। ਇਹਦਾ ਮਤਲਬ ਡਾਕਟਰ ਢਿੱਲੋਂ ਦੀ ਲਾਈਨ ਦੇ ਨਾਲ ਮੈਂ ਤੁਰਾਂ ਅੱਗੇ, ਡਾਕਟਰ ਢਿੱਲੋਂ ਨੇ ਕਿਹਾ ਕਿ ਅਸੀਂ ਇਸ ਤਸਵੀਰ ਨੂੰ ਉਹਨਾਂ ਵੱਡਾ ਕਰਕੇ ਨਾ ਦੇਖੀਏ, ਇਹਦਾ ਮਤਲਬ ਇਹ ਬਣਦਾ, ਕਿਉਂਕਿ ਜੇ ਤੁਸੀਂ ਕਹਿੰਦੇ ਮੇਨ ਸਟ੍ਰੀਮ ਮੀਡੀਆ ਇਸ ਨੂੰ ਜਗ੍ਹਾ ਨਹੀਂ ਦੇ ਰਿਹਾ। ਦੇਖੋ, ਮੈਂ ਇਹ ਬਾਰ ਬਾਰ ਇਹ ਕਹਿ ਰਿਹਾ ਹੈਗਾ ਕਿ ਦੇਰ ਆਰ ਫੋਰਸਿਜ਼ ਔਨ ਬੋਥ ਸਾਈਡਸ ਆਫ ਦਾ ਬਾਰਡਰ, ਨੋਟ ਜਸਟ ਇਨ ਪਾਕਿਸਤਾਨ ਬਟ ਇਨ ਇੰਡੀਆ ਆਲਸੋ, ਜੋ ਇਹ ਸਾਰੀ ਚੀਜ਼ਾਂ ਨੂੰ ਨੈਗੇਟਿਵਲੀ ਦੇਖਦੇ ਨੇ, ਔਰ ਉਹਨਾਂ ਨੂੰ ਮੌਕਾ ਚਾਹੀਦਾ। ਮੈਂ ਇਸ ਲਈ ਕਹਿੰਦਾ, ਦੈਟ ਇਜ਼ ਵਾਈ ਆਈ ਵਾਜ਼ ਸਟੇਇੰਗ ਫਰੋਮ ਦਾ, ਅੱਜ ਨਹੀਂ ਮੈਂ ਬੜੇ ਮਹੀਨਿਆਂ ਦਾ ਕਹਿ ਰਿਹਾ ਕਿ ਇਹ ਜਿਹੜੇ ਗੋਪਾਲ ਚਾਵਲ ਔਰ ਪਨੂਆਨ ਜਿਸ ਤਰ੍ਹਾਂ ਬੰਦੇ ਨੇ, ਇਹ ਐਂ ਜੀ ਫੋਰਸਿਸ ਇੰਡੀਆ ਨੂੰ ਇੱਕ ਵੈਪਨ, ਇੱਕ ਹੈਂਡਲ ਦਿੰਦੇ ਨੇ ਕਿ ਕਹਿਣਗੇ ਦੇਖੋ ਜੀ ਮੋਦੀ ਸਾਹਿਬ ਆਪਣੇ ਕਿਆ ਇਨੀਸ਼ੀਏਟਿਵ ਲੈ ਲਿਆ, ਵਹਾਂ ਤੋਂ ਟੈਰਿਸ ਘੁੰਮ ਰਹੇ, ਉਹ ਤਾਂ ਖਾਲਿਸਤਾਨੀ ਘੁੰਮ ਰਹੇ ਪਿਲਗ੍ਰਮਸ ਕੇ ਸਾਥ, ਉਹ ਰੈਡੀਕਲਾਈਜ਼ ਕਰ ਦੇਂਗੇ, ਭਾਰਤ ਕੋ ਤੋੜ ਦੇਂਗੇ। ਸੋ ਮੋਦੀ ਸਾਹਿਬ ਨੂੰ ਫਿਰ ਕੋਈ ਚਾਰਾ ਨਹੀਂ ਰਹਿ ਜਾਂਦਾ, ਕਹਿੰਦਾ ਜੀ ਇਸਕੋ ਆਪ ਕੋਰੀਡੋਰ ਕੋ ਆਪ ਫਿਰ ਸੇ ਸੋਚਣਾ ਪੜੇਗਾ। ਸੋ ਮੈਂ ਕਹਿ ਰਿਹਾ ਕਿ ਜਦ ਇੱਕ ਸ਼ਰਧਾਲੂ ਜਾ ਰਹੇ ਨੇ, ਹੁਣ ਗੋਪਾਲ ਚਾਵਲਾ ਦੀ ਗੱਲ ਕਰੋ, ਗੋਪਾਲ ਚਾਵਲਾ ਹਫੀਜ਼ ਸਈਦ ਦਾ ਖਾਸ ਬੰਦਾ ਹੈਗਾ, ਹਫੀਜ਼ ਸਈਦ ਇਜ਼ ਐਨ ਆਰਮਡ ਵਾਇਲੈਂਟ ਟੈਰਰਿਸਟ, 166 ਬੰਦੇ ਬੰਬੇ ਦੇ ਹੋਟਲ ਵਿੱਚ ਹੂ ਡਿਡਨਟ ਹੈਵ ਹੈਵ ਅ ਵੈਪਨ ਇਨ ਦੇਅਰ ਹੈਂਡ, ਹਫੀਜ਼ ਸਈਦ ਨੇ ਜਾ ਕੇ ਮਾਰੇ, ਉਹਦਾ ਖਾਸ ਬੰਦਾ ਗੋਪਾਲ ਚਾਵਲਾ, ਵਾਟ ਬਿਜ਼ਨਸ ਡਜ਼ ਹੀ ਹੈਵ? ਸੋ ਮੈਂ ਕਹਿ ਰਿਹਾ ਕਿ ਅਗਰ ਅਸੀਂ ਅਮਨ ਸ਼ਾਂਤੀ ਲੈ ਕੇ ਆਉਣੀ ਹੈ, ਸੋ ਪਾਕਿਸਤਾਨ ਗਵਰਨਮੈਂਟ ਦੀ ਜਿਹੜੀ ਜਿਹਾਦੀ ਪਾਲਿਸੀ ਹੈ, ਇਹ ਜਿਹੜੇ ISI ਨੇ ਪਾਲੇ ਹੋਏ ਨੇ, ਜਿਹਾਦੀ ਖਾਲਿਸਤਾਨੀ ਪਾਲੇ ਹੋਏ ਆਪਣੇ ਕੋਲ ਰੱਖੇ ਹੋਏ ਨੇ, ਇਹ ਇੰਡੀਆ ਪਾਕ ਰਿਲੇਸ਼ਨਸ ਲਈ ਨਾ ਹੀ ਚੰਗੇ ਨੇ, ਔਰ ਇਹ ਟੈਰਰਿਜ਼ਮ ਦਾ ਜਿਹੜਾ ਹੈਗਾ ਅੱਜ ਜਿਹੜੀ ਗਵਰਨਮੈਂਟ ਆਫ ਇੰਡੀਆ ਵਿੱਚ ਐਸੇ ਐਲੀਮੈਂਟਸ ਬੈਠੇ ਨੇ
ਉਹ ਪੰਜਾਬ ਨੂੰ ਡਾਊਨ ਕਰਨ ਲਈ ਉਹਨਾਂ ਨੂੰ ਸਿਰਫ ਇੱਕ ਬਹਾਨਾ ਚਾਹੀਦਾ। ਦੇਖੋ ਜੀ ਪੰਜਾਬ ਮੇਂ ਤੋ ਸਿਕਿਉਰਿਟੀ ਥ੍ਰੈਟ ਹੈ, ਪੰਜਾਬ ਮੇਂ ਤੋ ਇਹ ਹੋ ਜਾਏਗਾ ਜੀ, ਪੰਜਾਬ ਮੇਂ ਵੋ ਹੋ ਜਾਏਗਾ, ਬਾਰਡਰ ਬੰਦ ਕਰੋ। ਸਰਕਾਰ ਵਿੱਚ ਕੁਝ ਇਹੋ ਜਿਹੇ ਐਲੀਮੈਂਟ ਬਿਲਕੁਲ ਸਰਕਾਰ 'ਚ ਬੈਠੇ ਨੇ ਆਰਐਸਐਸ। ਮੈਨੂੰ ਇੱਕ ਸਵਾਲ ਪੁੱਛਣਾ ਆਰਐਸਐਸ ਤੋਂ, ਅੱਜ ਅਮਰੀਕਾ ਔਰ ਚਾਈਨਾ ਦੀ ਫੋਰਨ ਮਿਨਿਸਟਰੀਜ਼ ਨੇ ਕਰਤਾਰਪੁਰ ਇਨੀਸ਼ੀਏਟਿਵ ਨੂੰ ਪੋਜ਼ਿਟਿਵਲੀ ਵੈਲਕਮ ਕੀਤਾ, ਠੀਕ ਹੈ। ਮੈਂ ਪੁੱਛਣਾ ਚਾਹੁੰਦਾ ਆਰਐਸਐਸ ਦੇ ਬੰਦਿਆਂ ਨੂੰ ਕਿ ਤੁਸੀਂ ਕਿੰਨੀ ਵਾਰੀ ਕਰਤਾਰਪੁਰ ਇਨੀਸ਼ੀਏਟਿਵ ਨੂੰ ਵੈਲਕਮ ਕੀਤਾ, ਹਾਊ ਮਨੀ ਸਟੇਟਮੈਂਟਸ ਯੂ ਹੈਵ ਗਿਵਨ। ਇਹ ਸ਼ੋਅ ਕਰਦਾ ਕਿ ਉਹਨਾਂ ਦੇ ਦਿਲ ਵਿੱਚ ਕੀ ਹੈ। ਡਾਟੇ ਲੋ ਹਾਂਜੀ, ਵਿਕਰਮ ਜੀ ਖਰਾ ਨੇ ਸਵਾਲ ਚੁੱਕਿਆ ਹੈ, ਟੈਰਰਿਜ਼ਮ ਦਾ ਸਵਾਲ ਵੀ ਚੁੱਕਿਆ ਹੈਗਾ, ਇਹਨਾਂ ਨੇ ਦੇਸ਼ ਦੀ ਜਿਹੜੀ ਪੋਲੀਟੀਕਲ ਵਿਲ ਹੈਗੀ ਉਹਦਾ ਸਵਾਲ ਵੀ ਕੀਤਾ ਹੈਗਾ। ਸਵਾਲ ਬਹੁਤ ਸਾਰੇ ਹੈਗੇ ਇਸ ਸਭ ਦੇ ਵਿਚਾਲੇ, ਇਹ ਜਿਹੜਾ ਅਸੀਂ ਆਸ ਜਗਾਈ ਬੈਠੇ ਹੈਗੇ ਉਸ ਆਸ ਨੂੰ ਕਦੋਂ ਤੱਕ ਜਿੰਦਾ ਰੱਖ ਸਕਦੇ ਹਾਂ? ਦੇਖੋ ਸਾਡੀ ਤਾਂ ਆਸ ਆ, ਸਾਡੀ ਸਦਭਾਵਨਾ, ਸਾਡੀ ਫੀਲਿੰਗ ਆ। ਸਾਡੇ ਕੋਲ ਕੋਈ ਪੋਲੀਟੀਕਲ ਪਾਵਰ ਨਹੀਂ ਜਿਸ ਦੇ ਆਧਾਰ ਦੇ ਉੱਤੇ, ਜਿਸ ਦੇ ਸਟਰੈਂਥ ਦੇ ਉੱਤੇ ਅਸੀਂ ਕੋਈ ਚੀਜ਼ ਇੰਪਲੀਮੈਂਟ ਕਰ ਸਕੀਏ। ਅਸੀਂ ਤਾਂ ਡਿਸਟੈਂਸ ਤੋਂ ਸਾਰੀ ਚੀਜ਼ ਦੀ ਸਦਭਾਵਨਾ ਅਰਦਾਸ ਦੇ ਵਿੱਚ ਹੀ ਕਰਦੇ ਹਾਂ ਨਾ, ਸੱਚੇ ਪਾਤਸ਼ਾਹ ਇਹ ਗੱਲ ਨੂੰ ਐਂ ਕਰਦੇ। ਹੁਣ ਦੇਖੋ ਇਸ ਵੇਲੇ ਮੋਦੀ ਸਾਹਿਬ ਦੇ ਐਡਵਾਈਜ਼ਰ ਇਸ ਕਿਸਮ ਦੇ ਆ, ਪ੍ਰਾਗਿਆ ਠਾਕੁਰ ਸਿੰਘ ਹੈਗੇ ਜੀ, ਉਹਨਾਂ ਦੇ ਮਤਲਬ ਜਿਸ ਤਰੀਕੇ ਨਾਲ ਮੈਂਬਰ ਪਾਰਲੀਮੈਂਟ ਬਣਾ ਕੇ ਉਹਨਾਂ ਦਾ ਮਾਣ ਸਤਿਕਾਰ ਕੀਤਾ ਗਿਆ ਅਤੇ ਜਿਹੜਾ ਉਹਨਾਂ ਦਾ ਪਿਛੋਕੜ ਆ ਉਸਨੂੰ ਵਾਸ਼ ਆਫ ਕੀਤਾ ਗਿਆ, ਇਸ ਕਿਸਮ ਦੇ ਬਹੁਤ ਆ ਬੀਜੇਪੀ 'ਚ। ਜਿਸ ਤਰ੍ਹਾਂ ਬਿਕਰਮਜੀਤ ਜੀ ਨੇ ਦੱਸਿਆ ਹੋਰ ਬਹੁਤ ਆ ਐਡਵਾਈਜ਼ਰ, ਉਹਨਾਂ ਵਿੱਚ ਘਿਰੇਵੇ ਆ ਮੋਦੀ ਸਾਹਿਬ। ਮੋਦੀ ਸਾਹਿਬ ਕਦੇ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਦੇ ਉਹਨਾਂ ਦੇ ਜੁੰਗਲ 'ਚੋਂ। ਤੋ ਇਹ ਗੱਲ ਬੜੀ ਮਤਲਬ ਮੰਦਭਾਗੀ ਆ ਕਿ ਜਿਹੜੀ ਸਟੇਟਸਮੈਨਸ਼ਿਪ ਆ ਉਸ ਦੇ ਵਿੱਚ ਬੰਦੇ ਨੂੰ ਬਹੁਤ ਮੁਸ਼ਕਲਾਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ, ਬਹੁਤ ਸਾਰੀਆਂ ਕੁੜੱਤਣਾਂ ਹੁੰਦੀਆਂ ਉਸ ਸਟੇਟਸਮੈਨਸ਼ਿਪ ਦੇ ਵਿੱਚ, ਜਿਹੜੀਆਂ ਮੈਨੂੰ ਨਹੀਂ ਲੱਗਦਾ ਮੋਦੀ ਸਾਹਿਬ ਦੇ ਕੋਲ ਉਸ ਕਿਸਮ ਦੀ ਸਟੇਟਸਮੈਨਸ਼ਿਪ ਹੈ। ਉਹਨਾਂ ਕੋਲ ਸਿਆਸਤ ਜ਼ਰੂਰ ਹੈ ਔਰ ਸਿਆਸਤ ਜਿਹੜੀ ਉਹਨਾਂ ਦੀ ਇਮੋਸ਼ਨਸ ਦੇ ਉੱਤੇ ਬਿਲਡ ਅਪ ਹੋਈ ਵੀ ਆ। ਸਟੇਟਸਮੈਨਸ਼ਿਪ ਚਾਹੀਦੀ ਆ ਜਿਸ ਦੇ ਨਾਲ ਉਹ ਇਹਨਾਂ ਚੀਜ਼ਾਂ ਦੀ ਮੁਖਾਲਫਤ ਦੇ ਬਾਵਜੂਦ ਇਸ ਕਿਸਮ ਦੇ ਇਨੀਸ਼ੀਏਟਿਵ ਨੂੰ ਪ੍ਰੈਕਟੀਕਲ ਸ਼ੇਪ ਦੇ ਸਕਣ। ਠੀਕ ਹੈ ਖਾਲਸਾ ਜੀ, ਵੈਸੇ ਜੇ ਇੱਥੇ ਕੋਈ ਬੀਜੇਪੀ ਦਾ ਸੰਘ ਦਾ ਨੁਮਾਇੰਦਾ ਹੁੰਦਾ ਉਹਨੂੰ ਇਹ ਸਵਾਲ ਕੀਤਾ ਜਾ ਸਕਦਾ ਜਿਹੜੇ ਖਸ਼ੇ ਜਿਤਾਏ ਜਾ ਰਿਹਾ ਕਿ ਅੱਜ ਅਸੀਂ ਸਿਆਸਤ ਨੂੰ ਸੱਦਿਆ ਨਹੀਂ, ਮੈਂ ਤਾਂ ਫੈਕਟ ਦੱਸਦਾ ਤੁਹਾਡੀ ਗੱਲ, ਜਿਹੜੇ ਤੁਸੀਂ ਫੈਕਟਸ ਦੀ ਗੱਲ ਕਰ ਰਹੇ ਹੈਗੇ। ਰਜਿੰਦਰ ਖਾਲਸਾ ਜੀ, ਪਾਕਿਸਤਾਨ ਜਿਹੜੇ ਬਛਿੰਦੇ ਬੈਠੇ ਹੋਏ ਆ ਇਸ ਵੇਲੇ ਤੁਹਾਨੂੰ ਸੁਣ ਰਹੇ ਆ, ਫੋਰਨ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਹੈਗੇ ਆ, ਉਹ ਇੱਥੋਂ ਇੱਕ ਚੰਗੇ ਸੁਨੇਹੇ ਦੀ ਉਮੀਦ 'ਚ ਬੈਠੇ ਹੋਏ ਆ ਚਰਚਾ ਸੁਣਨ ਦੇ ਲਈ, ਉਹਨਾਂ ਨੂੰ ਕੋਈ ਸੁਨੇਹਾ ਦੇ ਸਕਦੇ ਹਾਂ ਅਸੀਂ ਕੋਈ ਚੰਗਾ? ਦੇਖੋ ਜੀ ਸੁਨੇਹਾ ਤਾਂ ਅਸੀਂ ਕੀ ਦੇਣਾ, ਸੁਨੇਹਾ ਜਿਨ੍ਹਾਂ ਦਾ ਅੱਜ ਦਿਨ ਬਣਾ ਰਹੇ ਹਾਂ, ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਭ ਕੁਝ ਹੋ ਰਿਹਾ, ਉਹ ਗੁਰੂ ਨਾਨਕ ਸਾਹਿਬ ਇੱਕ ਬੜਾ ਵੱਡਾ ਸੁਨੇਹਾ ਦੇ ਗਏ ਨੇ। ਉਹ ਸੁਨੇਹੇ ਨੂੰ ਜੇ ਜੀਵਨ ਇੱਕ, ਮੈਂ ਹੁਣੇ ਬਹੁਤ ਗੱਲਾਂ ਹੋ ਰਹੀਆਂ ਨਾ, ਸਿਰਫ ਦੋਨੋਂ ਮੁਲਕਾਂ ਦੇ ਲੀਡਰ ਇਸ ਗੱਲ ਦਾ ਫੈਸਲਾ ਕਰ ਲੈਣ ਕਿ ਅਸੀਂ ਝਗੜਨਾ ਨਹੀਂ, ਅਸੀਂ ਆਪਸ 'ਚ ਪਿਆਰ ਵਧਾਉਣਾ, ਸਾਰੀਆਂ ਦੀਵਾਰਾਂ ਟੁੱਟ ਜਾਣਗੀਆਂ। ਇਹ ਆਰਟੀਫਿਸ਼ੀਅਲ ਵਾਲਸ ਨੇ, ਮੈਂ ਤੁਹਾਨੂੰ ਦੱਸ ਰਿਹਾ, ਇਹ ਸਾਡੀਆਂ ਕ੍ਰੀਏਟਿਡ ਵਾਲਸ ਨੇ, ਸਿਰਫ ਨਫ਼ਰਤ ਜਿਹੜੀ ਮਨਾਂ ਦੇ ਵਿੱਚ ਹੈ ਉਹਨੇ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ। ਅੱਜ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਲੈ ਲਾਂਗੇ, ਸਭੇ ਸਾਂਝੀ ਵਾਲਤਾ ਵਾਲਾ, ਇੱਕ ਅਕਾਲ ਪੁਰਖ ਵਾਲਾ, ਇੱਕ ਈਸ਼ਵਰੀਵਾਦ ਵਾਲਾ, ਇਹ ਸਾਰੀਆਂ ਦੀਵਾਰਾਂ ਖਤਮ ਹੋ ਜਾਣਗੀਆਂ। ਉਹ ਸੁਨੇਹਾ ਹੀ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਰੀ ਮਨੁੱਖਤਾ ਤੱਕ ਪਹੁੰਚਾਉਣ ਦੀ ਲੋੜ ਹੈ, ਔਰ ਉਹ ਸੁਨੇਹਾ ਜਿਹੜਾ ਦੋਨਾਂ ਮੁਲਕਾਂ ਦੇ ਲੀਡਰਾਂ ਨੂੰ ਸਮਝਣ ਦੀ ਲੋੜ ਹੈ, ਅਪਣਾਉਣ ਦੀ ਲੋੜ ਹੈ, ਦੁਬਾਰਾ ਖਤਮ ਹੋ ਜਾਣਗੀ। ਰਸਮਜੀਤ ਸਿੰਘ, ਦੋਹਾਂ ਮੁਲਕਾਂ ਦੇ ਲੀਡਰਾਂ ਨੂੰ ਕੌਣ ਦੱਸੇਗਾ ਜਾ ਕੇ? ਨਹੀਂ ਨਹੀਂ, ਉਹਨਾਂ ਨੇ ਕੀ ਸਮਝਣਾ, ਉਹ ਸਮਝੇ ਜਾਂਦੇ ਆ। ਜਦੋਂ ਵੀ ਲੋੜ ਪੈਂਦੀ ਆ ਉਹ ਅਕਸਰ ਇੰਝ ਹੁੰਦਾ ਕਿ ਸਾਡੇ ਦੋਸਤ, ਸਾਡੇ ਪਿਆਰ, ਸਾਡੇ ਰਿਸ਼ਤਿਆਂ ਦੀ ਕੋਸਟ ਦੇ ਉੱਤੇ, ਉਹਦੀ ਕੀਮਤ ਦੇ ਉੱਤੇ ਆਪਣੀਆਂ ਵੋਟਾਂ ਬਟੋਰ ਲੈਂਦੇ ਆ। ਹੁਣ ਵੀ ਇਹ ਕੋਸ਼ਿਸ਼ਾਂ ਹੋਣਗੀਆਂ ਅੱਗੇ ਵੀ, ਪਰ ਇਹਦੇ ਨਾਲੋਂ ਵੀ ਇੱਕ ਵੱਡੀ ਸੱਚਾਈ ਇਹ ਆ ਕਿ ਇੱਧਰ ਦੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀਆਂ ਜਿਹੜੀਆਂ ਦੋਸਤੀਆਂ, ਜਿਹੜੀਆਂ ਸੱਭਿਆਚਾਰ, ਜਿਹੜੀ ਭਾਸ਼ਾ ਦੀ ਸਾਂਝ, ਔਰ ਜਿਹੜੀ ਗੁਰੂ ਨਾਨਕ ਦੇ ਇੱਕ ਬ੍ਰਿਜ ਬਣ ਕੇ ਸਾਹਮਣੇ ਆਏ ਹੈ ਕਿ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਨਹੀਂ, ਉਹ ਮੁਸਲਮਾਨ ਵੀ ਉਹਨਾਂ ਨੂੰ ਉਨੇ ਹੀ ਇੱਜ਼ਤ ਕਰਦੇ ਆ, ਆਦਰ ਕਰਦੇ, ਸਤਿਕਾਰ ਕਰਦੇ ਆ, ਹਿੰਦੂ ਵੀ ਉਨਾ ਹੀ ਸਤਿਕਾਰ ਕਰਦੇ ਆ। ਇਸ ਕਰਕੇ ਜਿਹੜਾ ਉਹਨਾਂ ਦੇ ਮਨੁੱਖਵਾਦੀ ਸੱਭੇ ਸਾਂਝੀ ਵਾਲਤਾ ਵਾਲਾ ਇੱਕ ਸੁਨੇਹਾ ਹੈਗਾ, ਉਹ ਇੱਕ ਬੜਾ ਪਾਵਰਫੁੱਲ ਮੈਸੇਜ ਹੈ। ਉਸ ਨੂੰ ਜੇ ਤੋੜਨ ਦੀ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ, ਇਸ ਦੋਸਤੀ ਦੇ ਹੱਥ ਨੂੰ ਜੇ ਹੁਣ ਵੋਟਾਂ ਦੀ ਖਾਤਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਮੈਨੂੰ ਲੱਗਦਾ ਦੋਵਾਂ ਦੇਸ਼ਾਂ ਲਈ ਇਹ ਠੀਕ ਨਹੀਂ ਹੋਊ। ਪਰ ਸਰਕਾਰਾਂ, ਕਿਉਂਕਿ ਉਹਨਾਂ ਨੇ ਸੱਤਾ
ਚਲਾਉਣੀ ਹੁੰਦੀ ਹੈ, ਸੱਤਾ 'ਤੇ ਕਬਜ਼ੇ ਕਰਨੇ ਹੁੰਦੇ ਆ, ਸੱਤਾ ਦਾ ਆਨੰਦ ਮਾਨਣਾ ਹੁੰਦਾ, ਉਹ ਲੋਕਾਂ ਦੀ ਪਰਵਾਹ ਉਦੋਂ ਨਹੀਂ ਕਰਦੇ ਜਦੋਂ ਉਹਨਾਂ ਨੂੰ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ। ਪਰ ਮੇਰਾ ਖਿਆਲ ਹੈ ਉਹਨਾਂ ਨੂੰ ਜ਼ਰੂਰ ਪਾਸ ਤੋਂ ਸਿੱਖਣਾ ਚਾਹੀਦਾ ਕਿ ਉਹਨਾਂ ਦੀਆਂ ਸੱਤਾ ਲਈ ਵੀ, ਕੇਪੀ ਸਿੰਘ ਜੀ ਉਹਨਾਂ ਦੀ ਸੱਤਾ ਦੀ ਵੀ ਲਈ ਇਹ ਜ਼ਰੂਰੀ ਹੋ ਚੁੱਕਾ ਕਿ ਇਹ ਦੋਸਤੀ ਬਰਕਰਾਰ ਹੈ। ਠੀਕ ਹੈ, ਲਾਸਟ ਮਿੰਟ ਫੜਾ। ਮੇਰਾ ਡਰ ਹੈ ਜੀ, ਜਿਸ ਤਰੀਕੇ ਨਾਲ ਗੋਡਸੇ ਨੂੰ ਇਲੋਜਾਈਜ਼ ਕੀਤਾ ਜਾ ਰਿਹਾ ਇਸ ਮੁਲਕ ਦੇ ਵਿੱਚ, ਸੋ ਮੱਚ ਸੋ ਉਹਦੇ ਨਾਂ 'ਤੇ ਮੰਦਰ ਬਣਾਏ ਜਾ ਰਹੇ ਆ, ਉਹਦੇ ਬੁੱਤਾਂ ਦੀ ਪੂਜਾ ਕੀਤੀ ਜਾ ਰਹੀ ਆ, ਉਹਨੂੰ ਇਮੇਜ ਆਫ ਗੋਡ ਇਹ ਗੋਡੈਸ ਦਾ ਦਿੱਤਾ ਜਾ ਰਿਹਾ। ਮੈਨੂੰ ਲੱਗਦਾ ਬੜੀਆਂ ਮੁਸ਼ਕਲਾਂ, ਬੜੀਆਂ ਡਿਫੀਕਲਟੀਜ਼ ਆ, ਬੜੀਆਂ ਪ੍ਰੋਬਲਮਸ ਆ, ਇਨਸਰਮਾਊਂਟੇਬਲ ਆ ਉਹ। ਸ਼ਾਇਦ ਜੇ ਮੋਦੀ ਸਾਹਿਬ ਦੇ ਕੋਲ ਕਿਸੇ ਕਿਸਮ ਦੀ ਸਟੇਟਸਮੈਨਸ਼ਿਪ ਹੋਵੇ, ਸਟਰੋਂਗ ਵਿਲ ਪਾਵਰ ਹੋਵੇ, ਉਹਨਾਂ ਨੂੰ ਕ੍ਰੋਸ ਕਰ ਸਕਣ। ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਉਹਨਾਂ ਦੀ ਪਾਰਟੀ ਦੇ ਬੰਦੇ ਈਵਨ ਪਾਰਲੀਮੈਂਟ ਤੱਕ ਗੋਡਸੇ ਨੂੰ ਇਲੋਜਾਈਜ਼ ਕਰ ਰਹੇ ਆ, ਉਸ ਦਾ ਇਮੇਜ ਬਿਲਡ ਕਰ ਰਹੇ ਆ, ਉਸ ਨੂੰ ਵਰਸ਼ਿਪ ਕਰ ਰਹੇ ਆ, ਬੜੀਆਂ ਮੁਸ਼ਕਲਾਂ, ਬਹੁਤ ਮੁਸ਼ਕਲਾਂ ਲੱਗਦੀਆਂ ਡਾਕਟਰ ਢਿੱਲੋਂ। ਚਲੋ ਬਹੁਤ ਧੰਨਵਾਦ ਡਾਕਟਰ ਢਿੱਲੋਂ ਤੁਹਾਡਾ, ਵਿਕਰਮ ਜੀ ਤੁਹਾਡਾ ਬਹੁਤ ਧੰਨਵਾਦ, ਰਜਿੰਦਰ ਸਿੰਘ ਖਾਲਸਾ ਤੁਹਾਡਾ ਬਹੁਤ ਧੰਨਵਾਦ, ਪ੍ਰਸਮਨਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਮੁਸ਼ਕਲਾਂ ਬਹੁਤ ਹੁੰਦੀਆਂ ਨੇ, ਮੁਸ਼ਕਲਾਂ ਹਰ ਪੈੜੇ ਦੇ ਵਿੱਚ ਆਉਂਦੀਆਂ, ਜਿਹੜਾ ਪੈੜਾ ਅਸੀਂ ਤੈਅ ਕਰਦੇ ਹਾਂ ਕਿ ਜੇ ਮੁਸ਼ਕਲਾਂ ਆ ਕੇ ਅਸੀਂ ਲੜਾਂਗੇ ਤਾਂ ਜਿੱਤ ਵੀ ਜਾਵਾਂਗੇ, ਜੇ ਮੁਸ਼ਕਲਾਂ ਆ ਕੇ ਉਸ ਅੱਗੋਂ ਅਸੀਂ ਡਰਾਂਗੇ ਤਾਂ ਫਿਰ ਹਾਰ ਜਾਵਾਂਗੇ। ਅਤੇ ਇਸ ਕਰਕੇ ਮੁਸ਼ਕਲਾਂ ਨਾਲ ਲੜਨਾ ਹੈ ਕਿ ਅਸੀਂ ਤਾਂ ਉਮੀਦ ਕਰਦੇ ਹਾਂ ਇਸ ਉਮੀਦ ਦੇ ਨਾਲ ਕਿ ਸਰਹੱਦ ਤੋਂ ਅਰਦਾਸ ਹੋਈ ਹੈ, ਅੱਗੇ ਬਹੁਤ ਸਾਰੀਆਂ ਆਸਾਂ ਪੂਰੀਆਂ ਹੋਣਗੀਆਂ ਕਿਉਂਕਿ ਦੋਹਾਂ ਮੁਲਕਾਂ ਦੇ ਬਛਿੰਦੇ ਇਕੱਠੇ ਹੋਏ ਆ, ਇੱਕ ਵਾਰ ਫਿਰ ਮੁੜ ਇਕੱਠੇ ਹੋਏ ਆ, 72 ਸਾਲ ਬਾਅਦ ਇਹ ਜਿਗਲਵਕੜੀਆਂ ਪਈਆਂ ਹੈਗੀਆਂ, ਅਤੇ ਦੋਹਾਂ ਮੁਲਕਾਂ ਦੇ ਵਿਚਾਲੇ ਇੱਕ ਪੁੱਲ ਦਾ ਕੰਮ ਕੀਤਾ ਜਾਵੇਗਾ। ਜੇ ਪੁੱਲ ਦਾ ਕੰਮ ਇਹ ਸਿਰੇ ਚੜ੍ਹਦਾ ਹੈਗਾ ਤਾਂ ਬਹੁਤ ਸਮੱਸਿਆਵਾਂ ਦਾ ਹੱਲ ਨਿਕਲ ਸਕਦੇ ਹੈਗੇ ਆ। ਪਰ ਇਸ ਦੇ ਲਈ ਸਿਆਸੀ ਇੱਛਾ ਸ਼ਕਤੀ ਜ਼ਰੂਰਤ ਹੈਗੀ ਹੈ, ਸਿਆਸਤ ਨੂੰ ਆਪਣੀ ਇੱਛਾ ਸ਼ਕਤੀ ਜਗਾਉਣੀ ਪਵੇਗੀ, ਤਾਂ ਹੀ ਇਹ ਮੁਹੱਬਤ ਦੇ ਪੈਗਾਮ ਆ ਚੜ੍ਹੇ, ਉਹ ਸਰਬ ਸਾਂਝੀ ਵਾਲਤਾ ਦਾ ਫਲਸਫਾ ਜਿਹੜਾ ਉਹ ਅੱਗੇ ਵੱਧ ਸਕਦਾ ਹੈਗਾ। ਗੁਰਪੁਰਬ ਤੱਕ 550 ਗੁਰਪੁਰਬ ਤੱਕ ਅਸੀਂ ਬਹੁਤ ਸਾਰੀਆਂ ਹੋਰ ਚਰਚਾਵਾਂ ਵੀ ਕਰਨੀਆਂ ਹੈਗੀਆਂ, ਸਵਾਲ ਹੈ ਜਿਹੜੇ ਉਹਨਾਂ ਵਿੱਚ ਹੋਰ ਵੀ ਪੁੱਛੇ ਜਾਣਗੇ। ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਿਰਫ ਉਹ ਸਵਾਲ ਕੀਤੇ ਜਾਣ ਜਿਹੜੇ ਇਹਨਾਂ ਦੋਨਾਂ ਮੁਲਕਾਂ ਦੇ ਬਛਿੰਦਿਆਂ ਨੂੰ ਪਸੰਦ ਆਉਣ, ਉਹ ਸਵਾਲ ਨਾ ਕੀਤੇ ਜਾਣ ਜਿਹੜੇ ਸਿਰਫ ਸਿਆਸਤ ਨੂੰ ਪਸੰਦ ਆਉਣ। ਸਿਆਸਤ ਨੂੰ ਤਿੱਖੇ ਸਵਾਲ ਹੋਣਗੇ ਜ਼ਰੂਰ, ਕਿਉਂਕਿ ਕਰਤਾਰਪੁਰ ਲਾਂਘਾ ਦੀ ਉਸਾਰੀ ਦਾ ਕੰਮ ਅਜੇ ਬਾਕੀ ਹੈਗਾ। ਜੋ ਤਿੱਕਰ ਪੂਰਾ ਨਹੀਂ ਹੁੰਦਾ ਗਾ, ਉਹ ਤਿੱਕਰ ਚਰਚਾਵਾਂ ਵੀ ਹੁੰਦੀਆਂ ਰਹਿਣਗੀਆਂ, ਜੋ ਤਿੱਕ ਗੁਰਪੁਰਬ ਦੇ ਸਮਾਗਮ ਪੂਰੇ ਨਹੀਂ ਹੁੰਦੇ ਕਿ ਉਹ ਤਿੱਕਰ ਚਰਚਾਵਾਂ ਹੁੰਦੀਆਂ ਰਹਿਣਗੀਆਂ। ਅਸੀਂ ਜਾਗਰੂਕ ਕਰਦੇ ਰਹਾਂਗੇ, ਸਾਡਾ ਕੰਮ ਹੈ ਜਾਗਰੂਕ ਕਰਨਾ, ਇਹ ਸਰਹੱਦਾਂ ਦੇ ਵਿਚਾਲੇ ਦੂਰੀ ਮਿਟਾਉਣਾ। ਬਹੁਤ ਧੰਨਵਾਦ।